ਸਤਿ ਸ਼੍ਰੀ ਅਕਾਲ PTN 24 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਚਮਕੌਰ ਮਾਛੀ ਕੇ ਵੱਲੋਂ ਨਿੱਘੀ ਜੀ ਆਇਆਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਪੱਖ ਦੇ ਮੁੱਦੇ। ਇਸ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮਹਿਮਾਨ ਨੇ ਪ੍ਰੋਫੈਸਰ ਦਵਿੰਦਰ ਸਿੰਘ, ਜੋ ਕਿ ਹਰ ਇੱਕ ਚਲੰਤ ਮਸਲੇ ਦੇ ਉੱਪਰ ਬੜੀ ਪਕੜ ਰੱਖਦੇ ਨੇ। ਖਾਸ ਕਰਕੇ ਜੇ ਆਪਾਂ ਸਿੱਖ ਇਤਿਹਾਸ ਦੀ ਗੱਲ ਕਰੀਏ, ਸਿੱਖ ਪਰੰਪਰਾਵਾਂ ਦੀ ਗੱਲ ਕਰੀਏ, ਤਾਂ ਉਹਨਾਂ ਦੇ ਉੱਪਰ ਬੜੀ ਬੇਬਾਕੀ ਦੇ ਨਾਲ ਇਹ ਆਪਣੇ ਵਿਚਾਰ ਰੱਖਦੇ ਨੇ। ਸੋ ਸਾਡੇ ਸਟੂਡੀਓ ਦੇ ਨੰਬਰ ਸਕਰੀਨ ਦੇ ਉੱਪਰ ਆ ਰਹੇ ਨੇ। ਜੇਕਰ ਤੁਸੀਂ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋਵੋ, ਜਾਂ ਕੋਈ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਜਾਂ ਸਾਡੇ ਮਹਿਮਾਨ ਦੇ ਨਾਲ ਸਾਂਝਾ ਕਰਨਾ ਚਾਹੁੰਦੇ ਹੋਵੋ, ਤਾਂ ਤੁਸੀਂ ਇਹਨਾਂ ਨੰਬਰਾਂ ਦੇ ਉੱਪਰ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਔਰ ਜਾਂ ਜੇਕਰ ਤੁਸੀਂ ਲਿਸਨ ਲਾਈਵ ਸਾਡੇ ਪ੍ਰੋਗਰਾਮ ਨੂੰ ਕਿਸੇ ਦੂਰ ਦੁਰਾਡੇ ਬੈਠੇ ਸੁਣਨਾ ਚਾਹੁੰਦੇ ਹੋ, ਤਾਂ ਵੀ ਤੁਸੀਂ ਇਹਨਾਂ ਨੰਬਰਾਂ 'ਤੇ ਡਾਇਲ ਕਰਕੇ ਸਾਡੇ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ। ਸੋ ਸਭ ਤੋਂ ਪਹਿਲਾਂ ਸਾਡੇ ਮਹਿਮਾਨ ਦਾ ਕਰਦੇ ਸਵਾਗਤ। ਪ੍ਰੋਫੈਸਰ ਸਾਹਿਬ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਵਿੱਚ। ਸ਼ੁਕਰੀਆ ਜੀ ਪ੍ਰੋਫੈਸਰ ਸਾਹਿਬ। ਆਪਾਂ ਗੱਲਬਾਤ ਸਟਾਰਟ ਕਰੀਏ। ਸਭ ਤੋਂ ਪਹਿਲਾਂ ਦੀਵਾਲੀ ਦਾ ਤਿਉਹਾਰ ਲੰਘ ਕੇ ਗਿਆ, ਔਰ ਨਾਲ ਦੀ ਨਾਲ ਹੀ ਬੰਦੀ ਛੋੜ ਦਿਵਸ ਵੀ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਮਨਾਇਆ ਗਿਆ। ਕੀ ਕਹਿਣਾ ਚਾਹੋਗੇ, ਕੀ ਇਹਨਾਂ ਦੇ ਵਿੱਚ ਸੰਬੰਧ ਕੀ ਆ ਦੀਵਾਲੀ ਦੇ ਵਿੱਚ ਅਤੇ ਬੰਦੀ ਛੋੜ ਦਿਵਸ? ਦੀਵਾਲੀ ਦਾ ਤਿਉਹਾਰ ਸ਼ਾਇਦ ਸ਼੍ਰੀ ਰਾਮ ਚੰਦਰ ਜੀ ਤੋਂ ਵੀ ਬਹੁਤ ਦੇਰ ਪਹਿਲਾਂ ਦਾ ਜੀ, ਕਿਉਂਕਿ ਦੀਵਾਲੀ ਦਾ ਤਲਕ ਸਿੱਧਾ ਹੀ ਹਾੜੀ ਅਤੇ ਸਾਉਣੀ ਦੀ ਫਸਲ ਜਿਹੜੀ ਹੈ ਉਸਦੇ ਨਾਲ ਇਹਦਾ ਸੰਬੰਧ ਹੈ, ਅਤੇ ਹਾੜੀ ਅਤੇ ਸਾਉਣੀ ਦੀ ਫਸਲ ਨਾਲ ਵਿਸਾਖੀ ਅਤੇ ਦੀਵਾਲੀ ਦਾ ਸੰਬੰਧ ਹੈ। ਜਿਤਨੇ ਵੀ ਤਿਉਹਾਰ ਨੇ ਉਹ ਤਕਰੀਬਨ ਪੇਂਡੂ ਸੱਭਿਆਚਾਰ ਤੋਂ ਸ਼ੁਰੂ ਹੁੰਦੇ ਨੇ ਜੀ। ਖਾਸ ਕਰਕੇ ਜਿਹੜੇ ਫਸਲਾਂ ਦੇ ਨਾਲ ਸੰਬੰਧਿਤ ਤਿਉਹਾਰ ਨੇ ਉਹਦਾ ਸੰਬੰਧ ਨਾਗਰ ਸੱਭਿਅਤਾ ਨਾਲ ਨਹੀਂ ਹੈ। ਨਾਗਰ ਸੱਭਿਅਤਾ ਦਾ ਮਤਲਬ ਅਰਬਨਾਈਟ ਕਲਚਰ ਨਾਲ ਨਹੀਂ ਹੈ ਜੀ। ਅਗਰ ਦੇਖਿਆ ਜਾਏ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਕਿਹੜਾ ਸ਼ਹਿਰ ਸੀ ਜਿਹੜਾ ਆਗਰੇ ਤੋਂ ਲੈ ਕੇ ਅਤੇ ਅਫਗਾਨਿਸਤਾਨ ਤੀਕਰ ਸਭ ਤੋਂ ਵੱਡਾ ਸ਼ਹਿਰ ਸੀ, ਅਤੇ ਬਾਕੀ ਸ਼ਹਿਰ ਤਾਂ ਵੱਡੇ ਪਿੰਡਾਂ ਵਰਗੇ ਸੀ ਜੀ। ਉਹ ਸ਼ਹਿਰ ਸੀ ਲਾਹੌਰ, ਅਤੇ ਕਿਹਾ ਜਾਂਦਾ ਜਿਹਨੇ ਲਾਹੌਰ ਨਹੀਂ ਦੇਖਿਆ ਉਹਨੇ ਦੁਨੀਆਂ 'ਚ ਕੁਛ ਨਹੀਂ ਦੇਖਿਆ। ਬਿਲਕੁਲ। ਹੁਣ ਇਹ ਜਿਹੜਾ ਲਾਹੌਰ ਸ਼ਹਿਰ ਹੈ ਇਸਦੇ ਵਿੱਚ ਪੰਜਾਬ ਦਾ ਜਿਹੜਾ ਨਾਗਰਿਕ ਅੰਸਰ ਹੈ ਜਿਹੜਾ ਅਰਬਨਾਈਟ ਉਹ ਰਹਿੰਦਾ ਸੀ ਜੀ, ਤੋ ਬਾਕੀ ਸਾਰਾ ਜਿਹੜਾ ਪਸਾਰ ਹੈਗਾ ਅਪ ਟੂ ਆਗਰਾ ਸਾਰਾ ਪੇਂਡੂ ਸੱਭਿਅਤਾ ਦਾ। ਬਿਲਕੁਲ। ਅਤੇ ਉੱਥੇ ਜਿਤਨੇ ਵੀ ਤਿਉਹਾਰ ਹੈ ਪਿੰਡਾਂ ਵਿੱਚ ਉਹ ਸਿੱਧਾ ਫਸਲ ਦੇ ਨਾਲ ਸੰਬੰਧਿਤ ਹੈ। ਹੁਣ ਜਦੋਂ ਮੈਂ ਫਸਲ ਨਾਲ ਸੰਬੰਧਿਤ ਕਹਿੰਦਾ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਸਿਰਫ ਇਹ ਕਿਸਾਨਾਂ ਦਾ ਤਿਉਹਾਰ ਹੈ, ਕਿਉਂਕਿ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਜ਼ਿਮੀਂਦਾਰ ਨਹੀਂ ਸੀ ਹੁੰਦੇ, ਜ਼ਮੀਂਦਾਰ ਹੁੰਦੇ ਸੀ ਮਤਲਬ ਜ਼ਮੀਨਾਂ ਦੇ ਮਾਲਕ, ਜਗੀਰਦਾਰ ਹੁੰਦੇ ਸੀ ਯਾਨੀ ਜਿਨ੍ਹਾਂ ਨੂੰ ਕੁਛ ਇਲਾਕੇ ਦਾ ਜਿਹੜਾ ਮਾਲੀਆ ਉਹ ਸਰਕਾਰ ਵੱਲੋਂ ਦੇ ਦਿੱਤਾ ਜਾਂਦਾ ਸੀ ਇਨਾਮ ਦੇ ਵਜੋਂ ਜਾਂ ਸਰਵਿਸ ਦੇ ਵਜੋਂ ਵਗੈਰਾ ਵਗੈਰਾ ਜੀ। ਤੋ ਜਿਹੜਾ ਉਸ ਵੇਲੇ ਸੱਭਿਆਚਾਰ ਸੀਗਾ ਉਹ ਕਿਸਾਨੀ ਦਾ ਉਹ ਸੱਭਿਆਚਾਰ ਸੀ ਜਿਹੜੀ ਕਿਸਾਨੀ ਜ਼ਮੀਨ ਦੀ ਮਾਲਕ ਨਹੀਂ ਸੀ। ਇੱਕ ਗੱਲ, ਫਸਲੀ ਸੱਭਿਆਚਾਰ ਦੇ ਨਾਲ ਹੀ ਤਰਖਾਣਾ, ਲੁਹਾਰਾ, ਜੁਲਾਹੇ, ਪੇਂਜੇ, ਆਪਣੇ ਘੁਮਿਆਰ, ਤੇਲੀ ਅਤੇ ਜਿਤਨੇ ਵੀ ਕਿੱਤੇ ਜਿਹੜੇ ਕਿ ਖੇਤੀਬਾੜੀ ਜਿਸ ਤੋਂ ਬਿਨਾਂ ਨਹੀਂ ਹੋ ਸਕਦੀ ਉਹ ਸਾਰੇ ਕਿੱਤੇ ਮਿਲ ਕੇ ਇਹ ਫਸਲੀ ਤਿਉਹਾਰ ਨੂੰ ਮਨਾਉਂਦੇ ਸੀ, ਕਿਉਂਕਿ ਉਹਨਾਂ ਦੀ ਸਾਰਿਆਂ ਦੀ ਮੁਸ਼ਕਤ ਵੀ ਸ਼ਾਮਿਲ ਹੁੰਦੀ ਸੀ ਅਤੇ ਸੈਲੀਬ੍ਰੇਟ ਕੀਤਾ ਜਾਂਦਾ ਸੀ। ਹੁਣ ਜਿਹੜੀ ਖਲਕਤ ਨੇ 6-6 ਮਹੀਨੇ ਮਿੱਟੀ 'ਚ ਮਿੱਟੀ ਹੋਏ ਰਹਿਣਾ, ਉਹਨਾਂ ਨੂੰ ਕਿਤੇ ਮਿਲਦਾ ਸੀਗਾ ਕੋਈ ਚੱਜ ਨਾਲ ਨਹਾ ਲਓ, ਕੋਈ ਚੱਜ ਨਾਲ ਮਾੜਾ ਮੋਟਾ ਚੰਗਾ ਕੱਪੜਾ ਪਾ ਲਓ, ਅਤੇ ਤੀਵੀਆਂ ਨੇ ਘਰ ਲਿਪਣੇ ਵਿਚਾਰੀਆਂ ਨੇ, ਢਾਰੇ ਹੁੰਦੇ ਸੀ ਪਹਿਲਾਂ ਤਾਂ ਕੱਚੇ ਘਰ ਵੀ ਨਹੀਂ ਸੀ ਹੁੰਦੇ, ਉਹ ਮਾੜਾ ਮੋਟਾ ਪੋਚਾ ਪਾਚਾ ਮਾਰਿਆ, ਕੋਈ ਥੋੜ੍ਹਾ ਜਿਹਾ ਘਰ ਦਾ ਚੌਕਾ ਠੀਕ ਕਰਿਆ। ਹੁਣ ਕਹਿੰਦੇ ਆ ਕਿ ਜਿੰਨੇ ਵੀ ਦਸਤਕਾਰ ਹੈ ਉਹਨਾਂ ਨੇ ਆਪਣੇ ਸੰਦ ਠੀਕ ਠੁੱਕ ਕੀਤੇ, ਪੁਰਾਣੇ ਸੰਦਾਂ ਨੂੰ ਥੋੜ੍ਹਾ ਜਿਹਾ ਠੀਕ ਕਰਿਆ, ਨਵੇਂ ਬਣਾਇਆ, ਵਟ ਐਵਰ, ਇਹ ਸਾਰਿਆਂ ਦੇ ਘਰਾਂ ਵਿੱਚ ਇਹ ਸਫਾਈਆਂ ਚੱਲਦੀਆਂ ਸੀ ਤਾਂ ਸਾਰੇ ਮਿਲ ਕੇ ਆਪਸੀ ਚੀਜ਼ਾਂ ਵੰਡਦੇ ਸੀਗੇ। ਹਾਂਜੀ, ਜਿਵੇਂ ਜੁਲਾਹੇ ਨੇ ਕੱਪੜਾ ਲਿਆਉਣਾ, ਸੀਨ ਆਏ ਨੇ ਸੀ ਦੇਣਾ, ਰੰਗ ਆਏ ਨੇ ਰੰਗ ਦੇਣਾ, ਹਾਂਜੀ ਤੇਲੀ ਨੇ ਤੇਲ ਹੋ ਗਿਆ, ਚਮਾਰ ਦੀਆਂ ਜੁੱਤੀਆਂ ਹੋ ਗਈਆਂ ਬਣਾਈਆਂ ਹੋਈਆਂ। ਤੋ ਇਸੇ ਤਰ੍ਹਾਂ ਸਾਰੇ ਜਿਹੜੇ ਦਸਤਕਾਰ ਹੈ ਉਹ, ਅਤੇ ਜਿਹੜਾ ਕਿਸਾਨ ਹੈ ਉਹ ਫਸਲ
ਆਪਸ ਚ ਵੰਡ ਲੈਂਦੇ ਸੀ, ਤੋ ਇਸ ਤਰ੍ਹਾਂ ਵਸਤ ਵਟਾਂਦਰਾ ਹੁੰਦਾ ਸੀ ਤੇ ਸਾਰਾ ਸਾਲ, ਕਿਉਂਕਿ ਸਾਰੀਆਂ ਦਸਤਕਾਰੀਆਂ ਇੱਕ ਦੂਜੇ ਲਈ ਕੰਮ ਕਰਦੀਆਂ ਸੀ, ਉਹ ਫਿਰ ਇੱਕ ਦੂਜੇ ਨੂੰ ਆਪਣੀਆਂ ਵਸਤਾਂ ਵੰਡਦੇ ਸੀਗੇ। ਬਿਲਕੁਲ, ਜੇ ਗਰੀਬ ਸੀ ਤਾਂ ਗਰੀਬੀ ਵੰਡਦੇ ਸੀ, ਮਾੜਾ ਮੋਟਾ ਕੁਛ ਚੰਗਾ ਮਿਲ ਗਿਆ ਤਾਂ ਖਿਚੜਾ ਬਣਾ ਕੇ ਖਾ ਲੈਂਦੇ ਸੀ, ਤੇ ਖਿਚੜਾ ਜੇ ਮਿਲ ਜਾਂਦਾ ਸੀ ਤਾਂ ਉਹਨਾਂ ਦਾ ਦਾਵਤ ਹੋ ਜਾਂਦੀ ਸੀ। ਬਿਲਕੁਲ, ਗਰੀਬੀ ਬਹੁਤ ਸੀਗੀ। ਤੋ ਇਹ ਮਾੜਾ ਮੋਟਾ ਕਿਤੇ ਹੋ ਕੇ ਕਿਤੇ ਦੋ ਚਾਰ ਦੀਵੇ ਪਿੰਡ ਹੀ ਜਗਣੇ, 15-20 ਢਾਰੇ ਆ ਤਾਂ 15-20 ਢਾਰਿਆਂ ਦੇ ਕੇਂਦਰ ਦੇ ਵਿੱਚ ਦੀਵੇ ਦੂਵੇ ਰੱਖ ਲਏ ਤੇ ਨਿਆਣੇ ਖੁਸ਼ ਹੈ ਸਾਰੇ, ਕੋਈ ਮਾੜੀ ਮੋਟੀ ਮਿੱਠੀ ਚੀਜ਼ ਮਿਲ ਜਾਂਦੀ ਆ, ਹੋਰ ਚੀਜ਼ਾਂ। ਸੋ ਇਹ 6-6 ਮਹੀਨਿਆਂ ਬਾਅਦ ਦੋ ਦੋ ਚਾਰ ਚਾਰ ਦਿਨ ਉਹਨਾਂ ਆਉਂਦੇ ਸੀ ਵਿਚਾਰਿਆਂ ਦੇ, ਤੇ ਉਹ ਥੋੜ੍ਹਾ ਜਿਹਾ ਜ਼ਿੰਦਗੀ 'ਚ ਰੌਣਕ ਆ ਜਾਂਦੀ ਸੀ ਉਹਨਾਂ ਦੀ। ਤੋ ਇਹ ਸਾਰੇ ਤਿਉਹਾਰ ਜਿਤਨੇ ਵੀ ਹੈਗੇ ਆ ਇਹ ਸਾਰੇ ਪੇਂਡੂ ਤਿਉਹਾਰ ਆ। ਸ਼ਹਿਰੀ ਤਿਉਹਾਰ ਕੀ ਆ ਕਿ ਜਦੋਂ ਇਹ ਫਸਲਾਂ ਆਈਆਂ ਤਾਂ ਮਾੜਾ ਮੋਟਾ ਹਰ ਇੱਕ ਦਾ ਫੱਕਾ ਦਾਣਾ ਜੋ ਬਚਦਾ ਮੰਡੀ 'ਚ ਪਹੁੰਚ ਗਿਆ, ਤਾਂ ਉਹ ਜਿਹੜੇ ਮੰਡੀ ਵਾਲੇ ਵਪਾਰੀ ਆ ਉਹਨਾਂ ਦੇ ਘਰ ਆ ਗਿਆ, ਤਾਂ ਉਹਨਾਂ ਨੇ ਆਪਣਾ ਲਕਸ਼ਮੀ ਮਾਈ ਦੀ ਪੂਜਾ ਕਰਨੀ ਆ। ਬਿਲਕੁਲ, ਹੈਂਜੀ, ਉਹਨਾਂ ਦਿਨਾਂ 'ਚ ਕਰਨੀ ਆ। ਹੁਣ ਲਕਸ਼ਮੀ ਮਾਈ ਦੀ ਪੂਜਾ ਉਹਨਾਂ ਦਿਨਾਂ ਵੀ ਥੋੜ੍ਹੀ ਕਰਨਗੇ ਜਦੋਂ ਆਉਣੇ ਨਹੀਂ ਉਹਨਾਂ ਕੋਲ ਕੁਛ। ਬਿਲਕੁਲ, ਠੀਕ ਆ, ਉਹਨਾਂ ਨੇ ਆਪਣੀ ਲਕਸ਼ਮੀ ਮਨਾਉਣੀ ਆ, ਅਤੇ ਜਿਹਦੇ ਕੋਲ ਜ਼ਿਆਦਾ ਮਾਲ ਆ ਗਿਆ ਉਹਨੇ ਭਾਈ ਜੂਆ ਖੇਡ ਲੈਣੀ ਆ। ਬਿਲਕੁਲ, ਠੀਕ ਆ। ਤੋ ਇਹ ਜਿਹੜਾ ਦੀਵਾਲੀ ਦਾ ਤਿਉਹਾਰ ਹੈ ਅਤੇ ਵਿਸ਼ਵਕਰਮਾ ਜਿਹੜਾ ਹੈ, ਵਿਸ਼ਵਕਰਮਾ ਨੂੰ ਸਮਝਣ ਦੀ ਲੋੜ ਹੈ ਜੀ। ਸਾਡੀ ਪੁਰਾਣੀ ਸੱਭਿਅਤਾ, ਬਲਕਿ ਜੇ ਤੁਸੀਂ ਮਿਡਲ ਈਸਟ ਚਲੇ ਜਾ ਉੱਥੇ ਵੀ, ਮਿਡਲ ਈਸਟ ਦੀ ਸੱਭਿਅਤਾ ਜਿਹੜੀ ਆ ਉਹੀ ਫੈਲੀ ਆ ਯੂਰਪ ਵੱਲ ਨੂੰ ਅਤੇ ਹਰ ਪਾਸੇ ਜੀ। ਆਪਣੀ ਸਾਡੀ ਸੱਭਿਅਤਾ ਇੱਧਰ ਚਾਈਨਾ ਦੀ, ਸਾਰੀ ਸਾਡੀ ਪੁਰਾਣੀ ਸੱਭਿਅਤਾ ਜਿੰਨੀ ਵੀ ਹੈ ਉਹ ਆਪਣੇ ਵਿਚਾਰਾਂ ਨੂੰ ਅਲੰਕਾਰਾਂ ਦੇ ਰੂਪ 'ਚ ਪੂਜਦੀ ਆ, ਪ੍ਰਤੀਕ ਦੇ ਰੂਪ 'ਚ ਪੂਜਦੀ ਹੈ ਜੀ। ਆਮ ਬੰਦੇ ਨੂੰ ਪ੍ਰਤੀਕ ਪੂਜਾ ਤੋਂ ਬਿਨਾਂ ਦਰਸ਼ਨ ਸਮਝ 'ਚ ਨਹੀਂ ਆਉਂਦਾ। ਬਿਲਕੁਲ, ਦਰਸ਼ਨ 'ਚ ਪਕੜ ਰੱਖਣੀ ਹੈ ਕਿਸੇ ਕਿਸੇ ਬੜੀ ਥੋੜ੍ਹੀ ਗਿਣਤੀ ਵਾਲੇ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਕਿ ਹੈਣ ਵਿਰਲੇ ਨਾਹੀਂ ਕਣੇ ਫੈਲ ਫੱਕੜ ਸੰਸਾਰ, ਤੋ ਇਹ ਵਿਰਲੇ ਹੀ ਹੁੰਦੇ ਆ ਜਿਹੜੇ ਕਿ ਦਰਸ਼ਨ ਨੂੰ ਸਜਗਤਾ ਦੇ ਨਾਲ ਆਪਣੇ ਮਨ 'ਚ ਰੱਖਦੇ ਆ। ਇਹ ਬਹੁਤ ਔਖਾ ਕੰਮ ਹੈ। ਬਿਲਕੁਲ, ਹੈਂਜੀ, ਈਵਨ ਅੱਜ ਵੀ ਤੁਸੀਂ ਕਿਸੇ ਮਾਰਕਸਿਸਟ ਨੂੰ ਲੈ ਲਓ ਕਿ ਕੋਈ ਮਾਰਕਸਿਸਟ ਹੈ ਜਿਹੜਾ ਉਹ ਦਰਸ਼ਨ ਨੂੰ ਲਗਾਤਾਰ ਸਜਗਤਾ ਦੇ ਨਾਲ ਜੀਂਦਾ, ਇੰਪੋਸੀਬਲ, ਪਾਗਲ ਹੋ ਜਾਏਗਾ। ਬਿਲਕੁਲ। ਸੋ ਮੇਰਾ ਬੇਨਤੀ ਕਹਿਣ ਦਾ ਮਤਲਬ ਇਹ ਹੈ ਕਿ ਜਿੰਨੇ ਵੀ ਇਹ ਕਿਰਤੀ ਲੋਕ ਹੈ, ਇਹ ਕਿਰਤੀ ਲੋਕ ਨੂੰ ਅਗਰ ਥੋੜ੍ਹਾ ਜਿਹਾ ਦਾਰਸ਼ਨਿਕ ਬੋਲੀ 'ਚ ਕਹੋ ਤਾਂ ਅਸੀਂ ਕਹਿੰਦੇ ਹਾਂ ਕਿ ਇਹ ਕਰਮਸ਼ੀਲ ਹੈ ਜੀ, ਕਰਮਸ਼ੀਲ ਹੈ। ਤੋ ਭਾਵੇਂ ਇੱਕ ਰੇਤੇ ਦਾ ਕਾਣਾ, ਭਾਵੇਂ ਪੱਥਰ ਹੈ, ਭਾਵੇਂ ਰੁੱਖ ਹੈ, ਭਾਵੇਂ ਉਹ ਥਲਚਰ ਹੈ, ਭਾਵੇਂ ਨਭਚਰ ਹੈ, ਭਾਵੇਂ ਜਲਚਰ ਹੈ, ਇਹ ਸਾਰੇ ਜੀਵ ਜਿੰਨੇ ਨੇ ਇਹ ਕਰਮਸ਼ੀਲ ਨੇ। ਜੇ ਇਹ ਕਰਮਸ਼ੀਲ ਨਹੀਂ ਹੋਣਗੇ ਉਹ ਜੀਵ ਦੀ ਸ਼੍ਰੇਣੀ ਖਤਮ ਹੋ ਜਾਏਗੀ। ਕੁਦਰਤ ਦੇ ਵਿੱਚ ਜਿਤਨੇ ਵੀ ਜੀਵ ਜਾਤੀਆਂ ਹੈ ਨੇ ਉਹ ਸਾਰੀਆਂ ਕਰਮਸ਼ੀਲ ਹੈ। ਇਹ ਜਿਹੜਾ ਕਰਮਸ਼ੀਲ ਜਗਤ ਹੈ ਇਸਨੂੰ ਕਹਿੰਦੇ ਆ ਵਿਸ਼ਵਕਰਮਾ, ਕਿ ਸਾਰਾ ਵਿਸ਼ਵ ਜਿਹੜਾ ਹੈ ਉਹਦੀ ਜਿਤਨੀ ਜੀਵ ਸੰਰਚਨਾ ਹੈ ਉਹ ਕੰਮ 'ਚ ਲੱਗੀ ਹੈ, ਇਸ ਕਰਕੇ ਸ੍ਰਿਸ਼ਟੀ ਸਾਹਮਣੇ ਹੈ। ਜਿੰਨਾ ਜਿੰਨਾ ਅੰਸ਼ ਸ੍ਰਿਸ਼ਟੀ ਵਿੱਚ ਕਰਮਸ਼ੀਲ ਨਹੀਂ ਰਹੇਗਾ ਲੁਪਤ ਹੋਣਾ ਸ਼ੁਰੂ ਹੋ ਜਾਏਗਾ। ਹੋ ਸਕਦਾ ਕੱਲ੍ਹ ਨੂੰ ਇਹ ਪਲੈਨਟ ਧਰਤੀ ਇਹ ਕਰਮਸ਼ੀਲ ਨਾ ਰਹੇ, ਸਾਡੇ ਸਮੇਤ ਹੀ ਗਾਇਬ ਹੋ ਜਾਏਗੀ। ਬਿਲਕੁਲ, ਸਾਡੇ ਸਮੇਤ ਹੀ ਗਾਇਬ ਹੋ ਜਾਏਗੀ। ਸੋ ਇਹ ਵਿਸ਼ਵਕਰਮਾ ਜਿਹੜਾ ਹੈ ਇਸਨੂੰ ਆਮ ਬੰਦੇ ਕਿਉਂਕਿ ਨਹੀਂ ਸਮਝ ਰਹੇ, ਇਹ ਦਰਸ਼ਨ ਹੈ ਪੂਰਾ। ਬਿਲਕੁਲ, ਉਹ ਫਿਰ ਉਸਦਾ ਪ੍ਰਤੀਕ ਬਣਾਉਂਦੇ ਆ ਵਿਸ਼ਵਕਰਮਾ, ਉਹਦੇ 'ਚ ਪੁਜਾਰੀ ਦਾ ਧਾਨ ਬਣ ਜਾਂਦਾ, ਉਹ ਪੁਜਾਰੀ ਦਾ ਧਾਨ ਬਣਦਾ, ਵਿਸ਼ਵਕਰਮਾ ਦੀ ਪੂਜਾ ਸ਼ੁਰੂ ਹੋ ਗਈ। ਪਰ ਦਰਅਸਲ ਵਿਸ਼ਵਕਰਮਾ ਤਾਂ ਪਹਿਲਾਂ ਹੀ ਆ, ਸਾਰੇ ਜਿਹੜੇ ਕਿਰਤੀ ਉਹ ਕੰਮ ਕਰ ਰਹੇ ਆ, ਦਸਤਕਾਰ ਵੀ ਕਿਰਤੀ ਹੋਈ ਆ, ਅਤੇ ਉਹ ਆਪਣੇ ਸੰਦਾਂ ਨੂੰ ਸ਼ੁਰੂ ਤੋਂ ਹੀ ਸੰਭਾਲਦੇ ਆ ਰਹੇ ਆ, ਅਤੇ ਉਹ ਜਿਹੜੇ ਦਿਨ ਸੰਭਾਲ ਸਫਾਈ ਕਰਦੇ ਆ, ਜ਼ਿਮੀਦਾਰ ਆਪਣੇ ਗੱਡੇ ਗੁੱਡੇ ਹਲ ਹੁਲ ਸਭ ਕਰਦਾ, ਤੋ ਇਹ ਸਾਰੇ ਜਿਹੜੇ ਹੈ ਇਹ ਵਿਸ਼ਵਕਰਮਾ ਦਾ ਪ੍ਰਤੀਕ ਬਣ ਕੇ ਉਹਦੀ ਪੂਜਾ ਸ਼ੁਰੂ ਹੋ ਗਈ। ਹੁਣ ਜਦੋਂ ਪੁਜਾਰੀਆਂ ਦਾ ਜਾਲ ਫੈਲਦਾ ਜੀ ਅਤੇ ਨਾਗਰ ਸਭਿਅਤਾ ਅਰਬਨਾਈਟ ਕੋਲ ਧਨ ਜ਼ਿਆਦਾ ਆ ਜਾਂਦਾ, ਤਾਂ ਉਹ ਧਨ ਦੇ ਜ਼ੋਰ ਦੇ ਨਾਲ ਸ਼ਹਿਰਾਂ ਦੇ ਵਿੱਚ ਆਪਣੀਆਂ ਹਵੇਲੀਆਂ 'ਤੇ ਦੀਪਮਾਲਾ ਕਰਦੇ ਆ। ਤਾਂ ਬਈ ਜਿਹਦੇ ਜਿਹਦੇ ਕੋਲ ਹੈ ਕਿ ਉਹ ਪਿੰਨੀਆਂ ਬੰਨ ਕੇ ਲੈ ਗਿਆ, ਜਾਂ ਸੱਤੂ ਬੰਨ ਕੇ ਲੈ ਗਿਆ, ਜਾਂ ਚੌਲ ਭੁੰਨੇ ਬੰਨ ਕੇ ਲੈ ਗਿਆ, ਬਈ 2 ਦਿਨ ਤੁਰ ਕੇ ਲਾਹੌਰ ਪਹੁੰਚਣਾ ਅਤੇ ਉੱਥੇ ਦੀਵਾਲੀ ਦੇਖ ਕੇ ਆਉਣੀ ਆ ਜੀ। ਜਿਵੇਂ ਅੱਜ ਕੱਲ੍ਹ ਆ ਪਿੱਛੇ ਜਿਹਾ 60-70 ਸਾਲ ਤੋਂ ਪਹਿਲਾਂ ਤੱਕ ਵੀ ਅੰਮ੍ਰਿਤਸਰ ਦੀਵਾਲੀ ਦੇਖਣ ਲੋਕ ਜਾਂਦੇ ਸੀ, ਕਿਉਂ ਆਪਣੇ ਘਰ 'ਚ ਉਹੀ ਜਿਹੀ ਮਨਾ ਨਹੀਂ ਹੁੰਦੀ, ਤਾਂ ਚਲੋ ਤੁਰ ਪਏ ਵੀ ਠੀਕ ਆ, ਉੱਥੇ ਲੰਗਰ ਵਿੱਚ ਖਿਚੜੀ ਖਾਵਾਂਗੇ। ਪਹਿਲਾਂ ਖਿਚੜੀ ਜ਼ਿਆਦਾ ਹੁੰਦੀ ਸੀ ਗੁਰੂ ਰਾਮਦਾਸ ਦੇ ਲੰਗਰ 'ਚ, ਤਕਰੀਬਨ ਮੈਂ ਬਚਪਨ ਜਾਂਦਾ ਰਿਹਾ ਖਿਚੜੀ ਹੁੰਦੀ ਸੀ ਜ਼ਿਆਦਾ,
ਵੀ ਨਾਲ ਉੱਥੇ ਖਿਚੜੀ ਖਾਵਾਂਗੇ ਅਤੇ ਨਾਲੇ ਦਿਵਾਲੀ ਦੇਖਾਂਗੇ। ਬਿਲਕੁਲ, ਤੋ ਆਮ ਬੰਦੇ ਦਾ ਖੁਸ਼ੀ ਮਨਾਉਣ ਦੇ ਤਰੀਕੇ ਇਹੀ ਸੀਗੇ। ਹੁਣ ਤਾਂ ਥੀਏਟਰ ਆ ਗਿਆ, ਬਹੁਤ ਕੁਛ ਆ ਗਿਆ, ਪਹਿਲਾਂ ਤਾਂ ਹੁੰਦਾ ਨਹੀਂ ਸੀ ਨਾ ਕੁਛ। ਤੋ ਇਹ ਜਦੋਂ ਪੁਜਾਰੀ ਨੇ ਆਪਣਾ ਦੇਖਿਆ ਕਿ ਲੋਕ ਹੈ ਜਿਹੜੇ ਇਹ ਬੜੇ ਖੁਸ਼ ਹੁੰਦੇ ਆ, ਤਾਂ ਪੁਜਾਰੀ ਨੇ ਰਾਮਚੰਦਰ ਦੀ ਕਥਾ ਨਾਲ ਹੌਲੀ 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 ਜੁੜ ਗਈ ਕਿ ਦੀਵੇ ਬਾਲੇ। ਪਰ ਮੈਂ ਕਹਿੰਦਾ ਹੈ ਕਿ ਪ੍ਰਾਚੀਨ ਸਮੇਂ ਵਿੱਚ ਕਿਹੜਾ ਐਸਾ ਮੌਕਾ ਹੈ ਕਿ ਰਾਜਾ ਦੂਰੋਂ ਆਵੇ, ਜੰਗ ਜਿੱਤ ਕੇ ਆਵੇ, ਜਾਂ ਕਾਫੀ ਦੇਰ ਬਾਅਦ ਸ਼ਹਿਰ 'ਚ ਆਵੇ, ਰਾਜਧਾਨੀ 'ਚ ਆਵੇ, ਤਾਂ ਦੀਵੇ ਨਾ ਬਾਲੇ ਜਾਂਦੇ ਹੋਣ। ਜੇ ਕੋਈ ਘਰ ਨਹੀਂ ਸੀ ਦੀਵੇ ਬਾਲਦਾ, ਸਾੜ ਦੇਣਗੇ ਉਹਦਾ ਘਰ। ਬਿਲਕੁਲ ਠੀਕ ਹੈ। ਤੇ ਦੀਪਮਾਲਾ ਤਾਂ ਰਾਜਿਆਂ ਦੇ ਆਉਣ ਤੇ ਹੁੰਦੀ ਓ ਹੁੰਦੀ ਸੀ। ਬਿਲਕੁਲ ਹੈ, ਭਾਵੇਂ ਉਹ ਵਿਆਹ ਕੇ ਆਵੇ, ਭਾਵੇਂ ਉਹ ਜੰਗ ਜਿੱਤ ਕੇ ਆਵੇ, ਭਾਵੇਂ ਉਹ ਤੀਰਥ ਯਾਤਰਾ ਕਰਕੇ ਆਵੇ, ਭਾਵੇਂ ਉਹ ਕਿਤੋਂ ਵੀ ਆਵੇ, ਕੋਈ ਵੀ ਜਦੋਂ ਖੁਸ਼ੀ ਦਾ ਆਪਾਂ ਹੁਣ ਵੀ ਦੇਖਦੇ ਹਾਂ, ਨਹੀਂ ਖੁਸ਼ੀ ਨਹੀਂ ਰਾਜੇ ਦਾ, ਮੈਂ ਅੱਜ ਦੀ ਗੱਲ ਕਰ ਰਿਹਾ। ਨਹੀਂ ਮੈਂ ਇੱਕ ਮਿੰਟ, ਮੇਰਾ ਪ੍ਰਕਰਨ ਨਹੀਂ ਨਾ ਮੁੱਕਿਆ, ਜੀ ਪ੍ਰਕਰਨ ਹੈ ਨਾ। ਤੋ ਰਾਜਾ ਜਦੋਂ ਆਉਂਦਾ ਹੈ ਤਾਂ ਕਿਆ ਕਿਸੇ ਦੀ ਹਿੰਮਤ ਹੈ ਕਿ ਉਹ ਦੀਵੇ ਨਾ ਬਾਲੇ? ਤੋ ਇੱਥੇ ਤਾਂ ਰਾਮਚੰਦਰ ਜੀ ਨੂੰ ਠਾਕਰ ਬਣਾਇਆ ਗਿਆ ਹੈ, ਠੀਕ ਹੈ ਜੀ, ਤੇ ਉਹ ਮਰਿਆਦਾ ਪੁਰਸ਼ੋਤਮ ਸੀ। ਕਿਹੜੀ ਮਰਿਆਦਾ? ਜਿਹੜੀ ਵਰਣ ਪ੍ਰਥਾ ਦੀ ਮਰਿਆਦਾ, ਵਰਣ ਪ੍ਰਥਾ ਦੀ ਮਰਿਆਦਾ ਕਿਹਦੇ 'ਚ ਆ? ਮਨੂ ਸਮ੍ਰਿਤੀ 'ਚ ਹੈ ਜੀ, ਜਿਸ ਦੇ ਵਿੱਚ ਕਿ ਸਵਰਨ ਜਾਤੀ ਦੀ ਸਿਰਮੌਰਤਾ ਦਿੱਤੀ ਹੈ। ਸਵਰਨ ਜਾਤੀ ਵਿੱਚੋਂ ਸਭ ਤੋਂ ਸਿਰਮੌਰ ਬ੍ਰਾਹਮਣ ਹੈ, ਜਿਹੜਾ ਕਿ ਰਾਜਗੁਰੂ ਹੈ, ਜਿਹੜਾ ਵਿੱਦਿਆ ਵੀ ਦਿੰਦਾ ਹੈ, ਜਿਹੜਾ ਪ੍ਰਬੰਧ ਵੀ ਕਰਦਾ ਹੈ, ਜਿਹੜਾ ਬੰਦੇ ਦੇ ਮਾਨਸ 'ਤੇ ਪਕੜ ਰੱਖਦਾ ਜੀ। ਤੋ ਉਸਦੇ ਅਨੁਸਾਰ ਰਾਮਚੰਦਰ ਜੀ ਦੇ ਬਨਵਾਸ ਤੋਂ ਬਾਅਦ ਸੀਤਾ ਜੀ ਨੂੰ ਲੈ ਕੇ ਅਯੁੱਧਿਆ ਪਹੁੰਚਣ 'ਤੇ ਜੋ ਰਾਮ ਕਥਾਵਾਂ ਲਿਖੀਆਂ ਗਈਆਂ, ਜਿਵੇਂ ਰਾਮਲੀਲਾ ਆਪਣੀ ਖੇਡੀ ਜਾਂਦੀ ਹੈ, ਉਹ ਪ੍ਰਚਾਰ ਹੁੰਦੇ 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 ਦੀਵਾਲੀ ਦਾ ਨਾਂ ਜਿਹੜਾ ਉਹਨਾਂ ਨਾਲ ਜੋੜਤਾ ਗਿਆ। ਹੁਣ ਮਨਾਉਣਾ ਤਾਂ ਸ਼ਹਿਰ ਵਾਲਿਆਂ ਨੇ, ਤਗੜੀ ਤਰ੍ਹਾਂ ਪੇਂਡੂ ਤਾਂ ਮਨਾ ਨਹੀਂ ਸਕਦੇ। ਸੋ ਪੇਂਡੂ ਹਮੇਸ਼ਾ ਉਸ ਹਵੇਲੀ ਵੱਲ ਜਾਣਗੇ ਕਿ ਆਹ ਸ਼ਾਹ ਦੀ ਹਵੇਲੀ ਆ, ਦੀਵਾਲੀ ਮਨਾਉਣਗੇ ਤਾਂ ਆਲੇ ਦੁਆਲੇ ਇਕੱਠੇ ਹੋ ਕੇ ਵੀ ਖੂਬਸੂਰਤ ਨਜ਼ਾਰਾ ਹੈ ਜੀ, ਅਤੇ ਜਾਂ ਕੋਈ ਠਾਕਰ ਹੈ ਜਾਂ ਕੋਈ ਰਾਜਾ ਹੈ, ਤਾਂ ਲੋਕਾਂ ਨੇ ਹੁੰਮ ਹੁਮਾ ਕੇ ਦੇਖਣਾ ਆ ਕੇ। ਬਿਲਕੁਲ ਠੀਕ ਹੈ ਜੀ, ਹੁੰਦੇ ਹੁੰਦੇ ਆਪਣਾ ਭੁੱਲ ਗਏ ਉਹ, ਅਤੇ ਉਹ ਰਾਮਚੰਦਰ ਜੀ ਉਹਨਾਂ ਨੂੰ ਯਾਦ ਰਹਿ ਗਿਆ। ਫਿਰ ਦੂਜਾ ਥੀਏਟਰ ਨਹੀਂ ਸੀ ਹੁੰਦਾ, ਰਾਮਲੀਲਾ ਖਿਡਾਉਂਦੇ ਸੀਗੇ ਸਾਰੇ ਵੱਡੇ ਵੱਡੇ ਲੋਕ, ਤਾਂ ਲੋਕ ਪਿੰਡਾਂ ਤੋਂ ਦੂਰ ਦੂਰ ਤੋਂ ਆ ਕੇ ਰਾਮਲੀਲਾ ਦੇਖਦੇ ਸੀ, ਐਂਟਰਟੇਨਮੈਂਟ ਸੀਗੀ। ਹੁੰਦੇ ਹੁੰਦੇ ਸੈਂਕੜੇ ਸਾਲਾਂ ਵਿੱਚ ਮਨ 'ਚ ਜੰਮ ਗਿਆ ਕਿ ਦੀਵਾਲੀ ਤਾਂ ਰਾਮਚੰਦਰ ਜੀ ਦੀ ਆ। ਫਿਰ ਸਾਡੇ ਜਿਹੜੇ ਸਿੱਖ ਪੁਜਾਰੀ ਹੈ, ਉਹਨਾਂ ਨੇ ਵੀ ਸੋਚਿਆ, ਅਤੇ ਉਹਨਾਂ ਨੇ ਸੋਚਿਆ ਵੀ ਦੀਵਾਲੀ ਤਾਂ ਵਿਸਾਖੀ ਦੀਵਾਲੀ ਨੂੰ ਸਿੰਘ ਜਥੇ ਇਕੱਠੇ ਹੋ ਕੇ ਗੁਰਮਤੇ ਕਰਦੇ ਸੀ। ਪਹਿਲਾਂ ਜੰਗਲ ਬੀਆਬਾਨੇ 'ਚ ਕਰਦੇ ਸੀ, ਉਸਨੂੰ ਕਿਹਾ ਜਾਂਦਾ ਸੀ ਚੱਕਰਵਰਤੀ ਤਖ਼ਤ, ਯਾਨੀ ਇੱਕ ਜਗ੍ਹਾ ਫਿਕਸ ਨਹੀਂ ਹੈ, ਜਿੱਥੇ ਵੀ ਸਿੰਘ ਇਕੱਠੇ ਹੋਣਗੇ ਗੁਰਮਤਾ ਕਰਨਗੇ, ਉਹ ਗੁਰਮਤਾ ਹੁਕਮ ਹੁੰਦਾ ਸੀ ਕਿ ਖਾਲਸਾ ਜੀ ਦਾ ਹੁਕਮ ਹੈ ਇਹ, ਅਤੇ ਉਹ ਜਿਹੜਾ ਹੈਗਾ ਗੁਰਮਤਾ ਉਹ ਕਿਤੇ ਵੀ ਧਾਰਨ ਕੀਤਾ ਜਾ ਸਕਦਾ ਸੀ, ਅਤੇ ਉਸਨੂੰ ਕਹਿੰਦੇ ਸੀਗੇ ਕਿ ਇਹ ਖਾਲਸਾ ਜੀ ਦਾ ਚੱਲਦਾ ਫਿਰਦਾ ਵਹੀਰ ਹੈ, ਵਹੀਰ ਦਾ ਤਖ਼ਤ ਹੈ। ਤੋ ਅੱਜ ਕੱਲ੍ਹ ਨਿਹੰਗ ਸਿੰਘ ਉਹਨੂੰ ਪੰਜਵਾਂ ਤਖ਼ਤ ਕਹਿੰਦੇ ਆ, ਪਰ ਮੈਂ ਕਹਿੰਦਾ ਕਿ ਨਿਹੰਗ ਸਿੰਘ ਤਾਂ ਹੁਣ ਕਿਉਂਕਿ ਉਹ ਸਿਆਸੀ ਤਾਕਤ ਨਹੀਂ ਨਾ ਰਹੇ ਉਸ ਤਰ੍ਹਾਂ ਦੀ, ਨਾ ਉਹਨਾਂ ਨੇ ਆਪਣੇ ਨੂੰ ਅਪਗ੍ਰੇਡ ਕੀਤਾ, ਪਿੱਛੇ ਹੀ ਰੱਖਿਆ ਆਪਣੇ ਆਪ ਨੂੰ, ਕਿਉਂਕਿ ਉਹ ਪ੍ਰਤੀਨਿਧੀ ਸੰਸਥਾਵਾਂ 'ਚ ਆ ਨਹੀਂ ਸਕਦੇ, ਇਹ ਵੀ ਉਹਨਾਂ ਦੀ ਮਜਬੂਰੀ ਆ। ਪਰ ਲੇਕਿਨ ਉਹ ਕਿਸ ਤਰੀਕੇ ਨਾਲ ਅੱਗੇ ਆਉਣ, ਉਹਦੇ ਲਈ ਉਹ ਕੋਈ ਸੋਚ ਵਿਚਾਰ ਵੀ ਨਹੀਂ ਕਰਦੇ, ਹਾਲਾਂਕਿ ਰਸਤੇ ਹੈਗੇ ਆ। ਪਰ ਚਲੋ ਐਨੀ ਹਾਵ, ਉਹਨਾਂ ਦੀ ਜਿਹੜੀ ਉਹ ਚੱਲਦਾ ਵਹੀਰ ਤਖ਼ਤ ਹੈ ਨਾ, ਚੱਕਰਵਰਤੀ ਤਖ਼ਤ, ਐਕਚੁਅਲੀ ਮੈਂ ਸਮਝਦਾ ਕਿ ਖਾਲਸੇ ਦਾ ਗੁਰਮਤੇ ਦਾ ਤਖ਼ਤ ਹੁੰਦਾ ਹੀ ਚੱਕਰਵਰਤੀ ਆ, ਉਹ ਕਿਤੇ ਫਿਕਸ ਨਹੀਂ ਕੀਤਾ ਜਾ ਸਕਦਾ। ਪਰ ਉਹ ਕਿਸੇ ਤਰੀਕੇ ਨਾਲ ਅੰਮ੍ਰਿਤਸਰ ਅਕਾਲੀਆਂ ਨੇ ਫਿਕਸ ਕਰ ਲਿਆ 1925 'ਚ, ਅਤੇ ਉਹਨਾਂ ਦੇ ਹੱਥ ਵਿੱਚ ਕਿਉਂਕਿ ਸਿਆਸੀ ਤਾਕਤ ਆ ਗਈ, ਦਲ ਖਾਲਸਾ ਦੇ ਹੱਥ ਵਿੱਚ ਨਹੀਂ ਸੀ ਰਹੀ, ਤੋ ਉਹ ਟ੍ਰਾਂਸਫਰ ਹੋ ਗਈ ਇੱਧਰ ਨੂੰ। ਤੋ ਸਿੱਖ ਵਿਚਾਰਿਆਂ ਨੇ ਸੋਚਿਆ ਵੀ ਦੀਵਾਲੀ ਦਾ ਮੌਕੇ 'ਤੇ ਸਿੰਘ ਇਕੱਠੇ ਹੋ ਕੇ ਜਥੇ ਇੱਥੇ ਆਉਂਦੇ ਰਹੇ ਆ, ਅਤੇ ਹੁਣ ਵੀ ਸਿੱਖਾਂ ਵਿੱਚ ਵੀ ਇਹ ਬਣੀ ਹੋਈ ਹੈ ਕਿ ਦੀਵਾਲੀ ਨੂੰ ਆਉਣਾ ਹੀ ਆਉਣਾ। ਉਹਨਾਂ ਨੇ ਆਪਣਾ ਇਹ ਦੀਪਮਾਲਾ ਕਰਨੀ ਉਹ ਸ਼ੁਰੂ ਕਰ ਲਈ, ਅਤੇ ਨਾਲ ਕਿਹਾ ਵੀ ਹੁਣ ਕੀ ਕਰੀਏ, ਜਾਂ ਸਿੱਖ ਬਹੁਤ ਸਾਰੇ ਕੱਟੜ ਆ ਕੇ ਕਹਿਣ ਲੱਗੇ ਵੀ ਸਾਡਾ ਕੀ ਤਾਲਕ ਹੈ ਇਹਦੇ ਨਾਲ, ਰਾਮਚੰਦਰ ਜੀ ਨਾਲ ਹੈ ਜੀ, ਅਤੇ ਕਿਹਾ ਨਹੀਂ ਜੀ ਇਹ ਤਾਂ ਬੰਦੀ ਛੋੜ ਦਿਵਸ ਹੈ, ਇਹ ਤਾਂ ਗੁਰੂ ਹਰਗੋਬਿੰਦ ਸਾਹਿਬ ਆਏ ਸੀਗੇ ਇਸ ਕਰਕੇ ਇਹ ਦੀਵੇ ਬਾਲਣ ਦੀ। ਕੁਛ ਪੁਰਾਣੇ ਗ੍ਰੰਥ ਹੈ ਜਿਹੜੇ ਉਹ ਲਿਆਏ ਜਿਨ੍ਹਾਂ ਵਿੱਚ ਇਹ ਹਵਾਲੇ ਆ ਗਏ, ਤੋ ਪੁਰਾਣੇ ਗ੍ਰੰਥ ਜਦੋਂ ਲਿਖੇ ਗਏ ਬਹੁਤ ਦੇਰ ਬਾਅਦ ਲਿਖੇ ਗਏ, ਗੁਰੂ ਹਰਗੋਬਿੰਦ ਸਾਹਿਬ ਤੋਂ ਤਾਂ ਸ਼ਾਇਦ ਡੇਢ ਡੇਢ 200-200 ਸਾਲ ਬਾਅਦ ਲਿਖੇ ਗਏ ਆ, ਤਾਂ ਉਹਨਾਂ ਨੇ ਉਸ ਵੇਲੇ ਦੀ ਜੋ ਸਾਡੀ ਪ੍ਰਚਲਿਤ ਪ੍ਰਪਾਟੀ ਸੀ ਦੀਵ ਦੂਵੇ ਬਾਲਣ ਦੀ, ਉਹ ਵਿੱਚ ਠੋਕਤੀ ਕਿ ਤਾਂ ਉਦੋਂ ਦੀ ਚੱਲਦੀ ਹੈ। ਜਿਵੇਂ ਕਿ ਅੱਜ ਕੱਲ੍ਹ ਜੋ ਅਕਾਲ ਤਖ਼ਤ ਦਾ ਜੋ ਪ੍ਰਪਾਟੀ ਬਣੀ ਹੈ, ਇਹ ਅਸੀਂ ਬਿਲਕੁਲ ਨਹੀਂ ਸੋਚਦੇ ਕਦੋਂ, ਅਸੀਂ ਗੁਰੂ ਹਰਗੋਬਿੰਦ ਸਿੰਘ ਨਾਲ ਜੋੜ ਦਿੰਦੇ ਹਾਂ, ਲਿਖਦੇ ਅੱਜ ਹਾਂ ਜੋੜ ਦਿੰਦੇ ਹਾਂ ਉਦੋਂ, ਠੀਕ ਹੈ ਨਾ। ਸੋ ਇਹ ਸਾਡੀਆਂ ਕੁਛ ਗਲਤ ਫਹਿਮੀਆਂ, ਕੁਛ ਸਾਡੇ ਭਰਮ ਹੈ, ਕੁਛ ਸਾਡੀ ਬਦਿਆਨਤੀ ਵੀ ਇਹਦੇ 'ਚ ਹੈ ਕਿ ਅਸੀਂ ਸੱਚ ਨੂੰ ਸੱਚ ਨਹੀਂ ਕਹਿੰਦੇ। ਸੋ ਗੁਰੂ ਹਰਗੋਬਿੰਦ ਸਾਹਿਬ ਦਾ ਦੀਵਾਲੀ ਨਾਲ ਕੋਈ ਤਲਕ ਨਹੀਂ,
ਦਰਬਾਰ ਸਾਹਿਬ ਦੇ ਵਿੱਚ ਆਤਿਸ਼ਬਾਜ਼ੀ ਕਰਨੀ, ਉੱਥੇ ਰੋਸ਼ਨੀਆਂ ਦਾ ਤਿਉਹਾਰ ਕਰਨਾ ਅਤੇ ਉੱਥੇ ਫਜ਼ੂਲ ਪੈਸੇ ਜ਼ਾਇਆ ਕਰਨੇ, ਇਹ ਗੁਰਸੰਗਤ ਦਾ ਜਿਤਨਾ ਵੀ ਧਨ ਹੈ ਇਹ ਉਸਨੂੰ ਬਰਬਾਦ ਕਰਨ ਦਾ ਵਾਲਾ ਬਜਰ ਅਪਰਾਧ ਹੈ ਜਿਸ ਨੂੰ ਕਿ ਮਾਫ਼ ਨਹੀਂ ਕੀਤਾ ਜਾ ਸਕਦਾ। ਅਗਰ ਸਾਰੇ ਸਿੱਖ ਵੀ ਕਹਿਣਗੇ ਤਾਂ ਦੀਵਾਲੀ ਮਨਾਉਣੀ ਹੈ ਤਾਂ ਉਹ ਸਿੱਖ ਵੀ ਉਸ ਬਜਰ ਅਪਰਾਧ ਦੇ ਭਾਗੀ ਹੋਣਗੇ। ਗਲਤ ਗੱਲ ਮੈਜੋਰਿਟੀ ਵੀ ਕਹੇ ਤਾਂ ਉਹ ਗਲਤੀ ਰਹਿੰਦੀ ਹੈ ਜੀ। ਦਰਬਾਰ ਸਾਹਿਬ ਕੀ ਸਾਰੀ ਗੁਰਮਤ ਜਿਹੜੀ ਹੈ ਇਹ ਮਨੁੱਖ ਦੇ ਅਤੇ ਜੀਵ ਜਾਤੀ ਦੇ ਕਲਿਆਣ ਲਈ ਹੈ ਜੀ। ਇਹ ਜਸ਼ਨਾਂ ਲਈ ਅਤੇ ਸੈਲੀਬ੍ਰੇਸ਼ਨਾਂ ਲਈ ਨਹੀਂ ਹੈ। ਅਤੇ ਗੁਰੂ ਗ੍ਰੰਥ ਸਾਹਿਬ ਗਿਆਨ ਦਾ ਧੁਰਾ ਹੈ, ਇਹ ਗਿਆਨ ਨੂੰ ਢਕਣਾ ਅਤੇ ਗਿਆਨ ਨੂੰ ਰੋਸ਼ਨੀਆਂ ਪਟਾਕਿਆਂ ਦੇ ਨਾਲ ਬੰਦੇ ਦੀ ਜਿਹੜੀ ਮਤ ਅਤੇ ਸੁਰਤ ਹੈ ਹੋਰ ਪਾਸੇ ਘੁਮਾਉਣੀ, ਪੂਜਾ ਪਾਠ ਵੱਲ ਲੈ ਕੇ ਜਾਣੀ, ਇਹ ਅਪਰਾਧ ਹੈ। ਕਿਉਂਕਿ ਇਹ ਗੁਰਬਾਣੀ ਦਾ ਜਿਹੜਾ ਸੱਤ ਤੱਤ ਹੈ ਬੰਦੇ ਦੀ ਸਮਾਧੀ ਉਹਦੇ 'ਚ ਨਹੀਂ ਜਾਣ ਦਿੰਦਾ ਜੀ। ਸੋ ਇਸ ਕਰਕੇ ਮੈਂ ਸਮਝਦਾ ਕਿ ਵਿਸ਼ਵਕਰਮਾ ਨੂੰ ਅਸੀਂ ਲੋਕ ਸਮਝਦੇ ਨਹੀਂ, ਅਸੀਂ ਜਿਹੜੇ ਸਾਡੇ ਵਿੱਚੋਂ ਪੂਜਾ ਕਰਨ ਬਹਿ ਜਾਂਦੇ ਉਹਨਾਂ ਦੀ ਗਲਤੀ ਆ। ਲੇਕਿਨ ਵਿਸ਼ਵਕਰਮਾ ਹਰ ਵੇਲੇ ਇਹ ਜਿਹੜਾ ਸ੍ਰਿਸ਼ਟੀ ਵਿੱਚ ਹੁਕਮ ਹੈ ਇਹ ਕਾਰਜ ਵਿੱਚ ਹਰ ਵੇਲੇ ਰਹਿੰਦਾ, ਉਸਨੂੰ ਵਿਸ਼ਵਕਰਮਾ ਕਹਿੰਦੇ ਆ, ਨਾ ਕਿ ਤੁਸੀਂ ਉਹਨੂੰ ਸੀਮਤ ਕਰਕੇ ਕੋਈ ਇੱਕ ਦੇਵਤਾ ਬਣਾ ਲਓ। ਜੇ ਵਿਸ਼ਵਕਰਮਾ ਤੁਹਾਡਾ ਦੇਵਤਾ ਹੈ ਤਾਂ ਤੁਹਾਡੀਆਂ ਇੰਦਰੀਆਂ ਤੁਹਾਡੇ ਦੇਵਤੇ ਨੇ, ਗੁਰਮਤਿ ਦੇ ਅਨੁਸਾਰ ਤੁਹਾਡੀਆਂ ਇੰਦਰੀਆਂ ਹੀ ਸ਼ੈਤਾਨ ਹੈ ਜਾਂ ਦੇਵਤੇ ਆ ਜੀ। ਤੁਹਾਡੀਆਂ ਇੰਦਰੀਆਂ ਹੀ ਸ਼ੈਤਾਨੀ ਕਰਦੀਆਂ ਨੇ ਮਨ ਤੋਂ ਲੈ ਕੇ ਅੰਗਾਂ ਤਿੱਕਰ, ਅਤੇ ਤੁਹਾਡੀਆਂ ਇੰਦਰੀਆਂ ਮਨ ਤੋਂ ਅੰਗਾਂ ਤਿੱਕਰ ਦੇਵਤੇ ਨੇ, ਤੁਹਾਡੇ ਹੱਥ ਕਾਰ ਕਰਕੇ ਤੁਹਾਨੂੰ ਦਿੰਦੇ ਨੇ ਦੇਵਤੇ ਨੇ, ਤੁਹਾਡਾ ਮਨ ਸਜਾਗ ਹੋ ਕੇ ਚੇਤਨ ਹੋ ਕੇ ਤੁਹਾਡੀ ਬੁੱਧੀ ਰਾਹੀਂ ਤੁਹਾਨੂੰ ਦਿੰਦਾ ਹੈ ਇਹ ਦੇਵਤਾ। ਦੇਵੀ ਦੇਵਤੇ ਜਿਹੜੇ ਅਸੀਂ ਪ੍ਰਤੀਕ ਬਣਾ ਲਏ ਉਹ ਬਜਰ ਮੂਰਖਾਂ ਦੀ ਤਸੱਲੀ ਲਈ ਹੈ, ਲੇਕਿਨ ਕੀ ਇੱਕ ਸਿੱਖ ਜਿਹਦਾ ਮਤਲਬ ਹੀ ਹੈ ਸਿੱਖਣਾ ਉਹਨੂੰ ਬਜਰ ਮੂਰਖ ਮੰਨਿਆ ਜਾਣਾ ਚਾਹੀਦਾ? ਇਹ ਤਾਂ ਹੁਣ ਸਿੱਖਾਂ ਨੇ ਆਪ ਸੋਚਣਾ ਕਿ ਉਹਨਾਂ ਨੇ ਕਿੱਧਰ ਨੂੰ ਜਾਣਾ। ਕਿਉਂਕਿ ਮੈਂ ਦੇਖਦਾ ਮੇਰੇ ਬਹੁਤੇ ਭਾਈ ਸਿੱਖ ਹੈ ਉਹ ਦਰਅਸਲ ਅਸਿੱਖ ਹੈ, ਜਿਹਦੇ ਬਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਹੈ ਕਿ ਆਹ ਜਿਹੜਾ ਮੇਰੇ ਅੰਦਰਲਾ ਅਸਿੱਖ ਹੈ ਨਾ ਇਹ ਬੜਾ ਨਾਬਰ ਹੈ, ਸਿੱਖਣਾ ਨਹੀਂ ਚਾਹੁੰਦਾ, ਇਹਨੂੰ ਮਾਰਨ 'ਚ ਮੇਰੀ ਮਦਦ ਕਰ। ਇਹ ਮੇਰੀ ਬੇਨਤੀ ਆ ਬਈ, ਇਹ ਸਭ ਤੋਂ ਮੇਰੀ ਬੇਨਤੀ ਹੋਈ ਆ ਮੇਰੇ ਅਸਿੱਖ ਨੂੰ ਮਾਰਨ 'ਚ ਮੇਰੀ ਅਰਦਾਸ ਹੈ, ਮੇਰੇ ਅੰਦਰਲੇ ਅਸਿੱਖ ਨੂੰ ਮਾਰਨ 'ਚ ਮੇਰੀ ਮਦਦ ਕਰ, ਅਤੇ ਮੇਰੇ ਅੰਦਰਲਾ ਜਿਹੜਾ ਸਿੱਖ ਹੈ ਜਿਹੜੀ ਸਿੱਖਣ ਵਾਲੀ ਬਿਰਤੀ ਹੈ ਉਹਨੂੰ ਜਗਾਉਣ ਵਿੱਚ ਮੇਰੀ ਮਦਦ ਕਰ ਜੀ। ਬੰਦੀ ਛੋੜ ਦੇ ਉਸ ਦੀ ਗੱਲ ਕਰੀਏ ਤਾਂ ਕੁਝ ਕੁ ਇਤਿਹਾਸ ਦੇ ਪੰਨਿਆਂ ਦੇ ਵਿੱਚ ਇਹ ਵੀ ਲਿਖਿਆ ਕਿ ਜਿਹੜਾ ਬੰਦੀ ਛੋੜ ਦਿਵਸ ਹੈ ਉਹ 28 ਫਰਵਰੀ ਨੂੰ ਮਨਾਇਆ ਜਾਣਾ ਚਾਹੀਦਾ ਸੀ, ਪਰ ਉਹ ਹੁਣ ਕਿਉਂ ਮਨਾ ਰਹੇ ਹਾਂ? ਮੈਂ ਇਸਦਾ ਦਾਰਸ਼ਨਿਕ ਅਤੇ ਇਤਿਹਾਸਿਕ ਪਿਛੋਕੜ ਡਿਸਕਸ ਕਰ ਚੁੱਕਿਆ, ਬਾਕੀ ਤਰੀਕਾਂ ਤਾਂ ਅੱਗੇ ਪਿੱਛੇ। ਫਰਜ਼ ਕਰੋ ਜੇ ਹਰਗੋਬਿੰਦ ਸਾਹਿਬ ਸੱਚਮੁੱਚ ਦੀਵਾਲੀ ਦੇ ਦਿਨ ਹੀ ਆਏ, ਸੱਚਮੁੱਚ ਜੀ, ਇਹ ਤਾਂ ਵੀ ਜਾਇਜ਼ ਨਹੀਂ ਹੈ ਦੀਵਾਲੀ ਮਨਾਉਣੀ, ਤਾਂ ਵੀ ਜਾਇਜ਼ ਨਹੀਂ ਹੈ। ਸਤਿਗੁਰੂ ਨਾਨਕ ਸਾਹਿਬ ਜਦੋਂ ਚੱਕੀ ਵਿੱਚੋਂ ਬਾਹਰ ਨਿਕਲਿਆ ਫਿਰ ਤਾਂ ਉਹ ਵੀ ਦਿਨ ਵੀ ਮਨਾਓ। ਜੇ ਆਪਾਂ ਧਰਮ ਇਸੇ ਗੱਲ ਨੂੰ ਮੰਨਦੇ ਹਾਂ ਕਿ ਦਿਨ ਮਨਾਉਣੇ ਆ ਜੀ, ਹਾਲਾਂਕਿ ਧਰਮ ਦਾ ਇਹ ਮਤਲਬ ਨਹੀਂ ਹੈ। ਧਰਮ ਦਾ ਮਤਲਬ ਹੈਗਾ ਕਿ ਸ੍ਰਿਸ਼ਟੀ ਵੀ ਜਿਤਨੇ ਜੀਵ ਨੇ ਉਹਨਾਂ ਨੂੰ ਇੱਕ ਕਰਮ 'ਚ ਲਗਾਇਆ ਹੋਇਆ ਅਤੇ ਉਹ ਕਿਰਤ ਕਰ ਰਹੇ ਆ, ਇਹ ਉਹਨਾਂ ਦਾ ਧਰਮ ਹੈ ਜੀ। ਜੇ ਕਿਸਾਨ ਕਿਸਾਨੀ ਧਰਮ ਛੱਡ ਕੇ ਕਹੂਗਾ ਮੇਰਾ ਸਿੱਖ ਧਰਮ ਹੈ ਤਾਂ ਫਿਰ ਤਾਂ ਉਹ ਸਵੇਰ ਤੋਂ ਸ਼ਾਮ ਤੱਕ ਪੜ੍ਹਨ ਲਿਖਣ ਬਹਿ ਜਾਏ ਤਾਂ ਗੱਲ ਖਤਮ ਹੋ ਗਈ, ਕਿਸਾਨੀ ਨਹੀਂ, ਕਿਸਾਨੀ ਧਰਮ ਖਤਮ। ਬਿਲਕੁਲ। ਜੇ ਲੋਹੇ ਦੇ ਕੰਮ ਕਰਨ ਵਾਲਾ, ਤਰਖਾਣਾ ਕੰਮ ਜਾਂ ਮਤਲਬ ਕਿ ਮਿੱਟੀ ਦਾ ਕੰਮ, ਮਤਲਬ ਕੋਈ ਵੀ ਹੈ, ਘੁਮਿਆਰਾਂ ਦਾ ਕੰਮ ਹੈ, ਕੋਈ ਵੀ ਬੰਦੇ ਆਪਣੀ ਦਸਤਕਾਰੀ ਵਾਲਾ ਧਰਮ ਛੱਡ ਕੇ ਬਹਿ ਕੇ ਸਿਰਫ ਗੁਰੂ ਗ੍ਰੰਥ ਸਾਹਿਬ ਦਾ ਪਾਠ ਸਵੇਰੇ ਸ਼ਾਮ ਕਰੀ ਜਾਣ, ਉਹਨਾਂ ਆਪਣਾ ਧਰਮ ਛੱਡਤਾ ਜੀ। ਤਾਂ ਹੀ ਮਹਾਰਾਜ ਕਹਿੰਦੇ ਆ ਕਿ ਖੱਤਰੀਓ ਤੁਹਾਡਾ ਕੰਮ ਸੀਗਾ ਖੇਤਰ ਦੀ ਰੱਖਿਆ ਕਰਨੀ, ਜਦ ਤੁਸੀਂ ਕਹਿੰਦੇ ਹੋ ਤੁਹਾਡਾ ਵਰਣ ਹੈ ਖੇਤਰੀ ਤਾਂ ਤੁਸੀਂ ਖੇਤਰ ਦੀ ਰੱਖਿਆ ਕਰਨੀ ਸੀ, ਉਹ ਤਾਂ ਤੁਸੀਂ ਛੱਡਤਾ, ਖੱਤਰੀਏ ਤਾਂ ਆਪਣਾ ਧਰਮ ਛੋੜਿਆ, ਮਲੇਛ ਭਾਖਿਆ ਗਈ, ਤੁਸੀਂ ਬੈਠ ਕੇ ਸਗੋਂ ਉਹਨਾਂ ਦੇ ਜਿਹੜੇ ਕੁਰਾਨ ਅਤੇ ਕਿਤੇਬ ਪੜ੍ਹਨੇ ਸ਼ੁਰੂ ਕਰਤੇ ਅਤੇ ਉਹਨਾਂ ਵਿੱਚੋਂ ਉਹਨਾਂ ਨੂੰ ਹੀ ਹਵਾਲੇ ਦੇ ਕੇ ਜਿਹੜੇ ਤੁਰਕ ਸ਼ਾਸਕ ਹੈ ਉਹਨਾਂ ਨੂੰ ਖੁਸ਼ ਕਰਿਆ ਅਤੇ ਨੌਕਰੀਆਂ ਲੈ ਕੇ ਬਹਿ ਗਏ, ਧਰਮ ਤਾਂ ਛੱਡਤਾ ਤੁਸੀਂ ਆਪਣਾ। ਬਿਲਕੁਲ। ਫਿਰ ਤੁਸੀਂ ਪਿੱਟਦੇ ਆ ਸਾਡਾ ਰਾਜ ਨਹੀਂ ਰਿਹਾ। ਤਾਂ ਜਦੋਂ ਮਹਾਰਾਜ ਨੇ ਦੁਬਾਰਾ ਫੌਜ ਖੜੀ ਕੀਤੀ ਭੱਟਵੀਰਾਂ ਦੀ, ਵਲੰਟੀਅਰ ਖਾਲਸੇ ਦੀ, ਸਿੰਘ ਸਜਾਏ ਤਾਂ ਉਹ ਸਿੰਘਾਂ ਨੂੰ ਭੱਟਵੀਰ ਕਿਹਾ ਮਹਾਰਾਜ ਨੇ ਕਿ ਭੱਟਵੀਰਾਂ ਤੋਂ ਮੈਂ ਕੰਮ ਕਰਾਊਂਗਾ, ਮੈਂ ਕੋਈ ਫੌਜ ਨਹੀਂ ਲੜਾਉਣੀ, ਯਾਨੀ ਮੈਂ ਪੇਸ਼ਾਵਰ ਫੌਜ ਨਹੀਂ ਖੜੀ ਕਰਨੀ ਵੀ ਪੈਸੇ ਦੇ ਕੇ ਲੜਾਊਂਗਾ, ਨਾ
ਭੱਟ ਬੀਰਨ ਸੰਘ ਸਾਡੇ ਲੋਕ ਸ਼ਾਸਤਰਾਂ ਨੂੰ ਸਮਝਦੇ ਨਹੀਂ ਹੈਗੇ ਖਾਸ ਕਰ ਸਾਡੇ ਮਿਸ਼ਨਰੀ ਪ੍ਰਚਾਰਕ ਜਦੋਂ ਨੈਗੇਟਿਵ ਪ੍ਰਚਾਰ ਕਰਦੇ ਮੈਂ ਉਹਨਾਂ ਦੇ ਨਾਲ ਹਾਂ ਕਿਉਂਕਿ ਅਸੀਂ ਕੁਰੀਤੀਆਂ ਪਾਲੀਆਂ ਹੋਈਆਂ ਮੈਂ ਨਾਲ ਹਾਂ ਪਰ ਉਹ ਕੁਰੀਤੀਆਂ ਕਿਉਂ ਪਲੀਆਂ ਇਹਦੇ 'ਚ ਮਿਸ਼ਨਰੀ ਦਾ ਕੰਮ ਨਹੀਂ ਹੁੰਦਾ ਕਿਉਂ ਮਿਸ਼ਨਰੀ ਸਾਨੂੰ ਦੇਖੋ ਜੀ ਆਪਣੀ ਜ਼ਿੰਦਗੀ ਦੇ ਨਾ 35-35 40-40 ਸਾਲ ਦਿਮਾਗ ਨੂੰ ਇੱਕ ਸਮਾਧੀ 'ਚ ਪਾ ਕੇ ਸਮਝਣੀ ਪੈਂਦੀ ਹੈ ਗੱਲ ਪਹਿਲਾਂ ਕਿਉਂਕਿ ਸ਼ਾਸਤਰ ਜਿਹੜੇ ਸਮੇਂ ਲਿਖੇ ਗਏ ਆ ਗ੍ਰੰਥ ਜਿਹੜੇ ਸਮੇਂ ਲਿਖੇ ਗਏ ਆ ਉਹ ਲਿਖਣ ਵਾਲੇ ਨੇ ਆਪਣੀ ਕੱਚ ਬੁੱਧੀ ਵਿੱਚ ਪਾਈ ਹੋਈ ਆ ਜੀ ਉਹਦੇ ਵਿੱਚੋਂ ਸ਼ੁੱਧ ਕੱਢਣਾ ਬਹੁਤ ਔਖਾ ਤੇ ਉਹਨੂੰ ਸਿਰਫ ਗਾਲਾਂ ਕੱਢ ਕੇ ਅਸ਼ਲੀਲ ਬੋਲ ਕੇ ਨਹੀਂ ਸਾਰੇ ਜਾ ਸਕਦਾ ਉਹਦੇ 'ਚ ਮਿਹਨਤ ਕਰਨੀ ਪੈਂਦੀ ਬਿਲਕੁਲ ਠੀਕ ਹੈ ਨਾ ਸੋ ਪੁਰਾਣੇ ਗ੍ਰੰਥਾਂ ਨੂੰ ਸਮਝਣਾ ਇੱਕ ਡੀਕੋਡ ਕਰਨਾ ਪੈਂਦਾ ਉਹਨਾਂ ਨੂੰ ਜਿਵੇਂ ਵਿਸ਼ਵਕਰਮਾ ਨੂੰ ਆਪਾਂ ਡੀਕੋਡ ਕੀਤਾ ਜੀ ਠੀਕ ਹੈ ਜੀ ਕਿਉਂਕਿ ਬਹਾਨੇ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਪੂਜਾ ਦਾ ਸਾਧਨ ਬਣਾ ਧਰਿਆ ਹੈ ਤਾਂ ਨਹੀਂ ਨਾ ਇਹ ਅਸਲੋਂ ਤਾਂ ਨਹੀਂ ਹੈ ਪਰ ਅਸੀਂ ਬਣਾ ਧਰਿਆ ਅਸੀਂ ਜਦ ਆਪਣੀ ਹਰ ਚੀਜ਼ ਨੂੰ ਬਿਲਕੁਲ ਸਨਾਤਨ ਪੰਥ ਵਾਂਗੂ ਬਣਾ ਧਰਿਆ ਤਾਂ ਕਸੂਰ ਸਾਡਾ ਬਿਲਕੁਲ ਤੇ ਅਸੀਂ ਦੂਜਿਆਂ ਨੂੰ ਕਹੀ ਜਾਂਦੇ ਹਾਂ ਕਿਉਂ ਦੂਜੇ ਸਨਾਤਨੀਆਂ ਦਾ ਤਾਂ ਕੰਮ ਹੀ ਉਹ ਹੈ ਅਸੀਂ ਉਹਨਾਂ ਨੂੰ ਕਿਉਂ ਮਾੜਾ ਕਹਿੰਦੇ ਉਹਨਾਂ ਦਾ ਮਾੜੇ ਅਸੀਂ ਹਾਂ ਜਿਨ੍ਹਾਂ ਨੇ ਉਹ ਚੀਜ਼ਾਂ ਅਪਣਾਈਆਂ ਫਿਰ ਉਹਨਾਂ ਦੀ ਹੀ ਇੰਟਰਪ੍ਰੀਟੇਸ਼ਨ ਉਹਨਾਂ ਦੀ ਹੀ ਤਰਜਮਾਨੀ ਅਸੀਂ ਅਪਣਾ ਲੈਂਦੇ ਹਾਂ ਮੈਨੂੰ ਦੱਸੋ ਜਿਤਨਾ ਵੀ ਸਾਡਾ ਪ੍ਰਚਾਰਕ ਜਗਤ ਆ ਸਾਰਾ ਪ੍ਰਚਾਰਕ ਜਗਤ ਭਾਵੇਂ ਉਹ SGPC ਦਾ ਭਾਵੇਂ ਉਹ ਮਿਸ਼ਨਰੀਆਂ ਦਾ ਭਾਵੇਂ ਉਹ ਸਾਧਾਂ ਦਾ ਹੈ ਭਾਵੇਂ ਉਹ ਰਾਧਾ ਸਵਾਮੀ ਆ ਭਾਵੇਂ ਉਹ ਠਾਕਰ ਸਿੰਘ ਹੀ ਆ ਭਾਵੇਂ ਉਹ ਡੇਰਾ ਸਰਸੇ ਵਾਲੇ ਆ ਅਤੇ ਭਾਵੇਂ ਉਹ ਨਾਮਧਾਰੀ ਆ ਭਾਵੇਂ ਕੋਈ ਵੀ ਆ ਮੈਂ ਕਹਿੰਦਾ ਪੰਜਾਬ ਦਾ ਕੋਈ ਵੀ ਲੈ ਲਓ ਜਦੋਂ ਵੀ ਬਾਣੀ ਵਿੱਚ ਗੱਲ ਆਉਂਦੀ ਹੈ ਗੁਰਪ੍ਰਸਾਦ ਉਹ ਕਹਿੰਦੇ ਗੁਰੂ ਦੀ ਕਿਰਪਾ 'ਤੇ ਉਹ ਮਹਾਰਾਜ ਸਾਹਿਬ ਕਹੀ ਜਾਂਦੇ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਜਦੋਂ ਗੁਰ ਸ਼ਬਦ ਆਉਂਦਾ ਹੈ ਤਾਂ ਗੁਰੂ ਉੱਥੇ ਠੀਕ ਨਹੀਂ ਹੈ ਗੱਲ ਗੁਰ ਵਿਸ਼ਵ ਵਿਆਪੀ ਹੈ ਗੁਰੂ ਕਾਲ ਅਧੀਨ ਹੈ ਤਾਂ ਹੀ ਕਬੀਰ ਜੀ ਕਹਿੰਦੇ ਆ ਬ੍ਰਾਹਮਣ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾ ਹੈ ਕਿਉਂਕਿ ਭਗਤਾਂ ਦਾ ਗੁਰ ਹੁੰਦਾ ਗੁਰ ਵਿਸ਼ਵ ਵਿਆਪੀ ਆ ਗੁਰੂ ਸਥਾਨਕ ਹੈ ਤਾਂ ਉਹ ਕਹਿੰਦੇ ਆ ਬ੍ਰਾਹਮਣ ਹੈ ਜਿਹੜਾ ਇਹ ਸਥਾਨਕ ਗੁਰੂ ਹੈ ਉਹ ਮੰਨਦੇ ਆ ਹੈ ਬਿਲਕੁਲ ਠੀਕ ਵੀ ਕਿਉਂਕਿ ਉਸਨੇ ਮਰਿਆਦਾ ਚਲਾਉਣੀ ਹੈ ਆਪਣੀ ਉਹ ਸਥਾਨਕ ਉਹ ਸਮੇਂ ਤੇ ਸਥਾਨ ਦਾ ਗੁਰੂ ਹੈ ਕਾਲ ਕੈਦੀ ਹੈ ਬਿਲਕੁਲ ਠੀਕ ਹੈ ਲੇਕਿਨ ਭਗਤ ਗੁਰ ਨੂੰ ਮੰਨਦੇ ਆ ਉਹ ਗੁਰ ਕਾਲ ਕੈਦੀ ਨਹੀਂ ਹੈ ਇਸ ਕਰਕੇ ਭਗਤਾਂ ਦੀ ਜਿਹੜੀ ਸੁਰਤ ਹੈ ਉਹ ਸਰਬ ਕਾਲ ਤੇ ਫੈਲੀ ਹੋਈ ਆ ਜੀ ਉਹਨਾਂ ਦਾ ਬਹੁਤ ਵਡੇਰਾ ਜਿਹੜਾ ਹੈ ਉਹ ਕੈਨਵਸ ਹੈਗਾ ਠੀਕ ਆ ਦਿਸ਼ਾ ਹੱਦਵਿਹੀਨ ਕੈਨਵਸ ਆ ਉਹਨਾਂ ਦਾ ਤੋ ਉਹ ਭਗਤ ਹੈ ਜਿਹੜਾ ਉਹ ਗੁਰ ਨੂੰ ਮੰਨਦਾ ਗੁਰੂ ਨੂੰ ਨਹੀਂ ਮੰਨਦਾ ਜੀ ਠੀਕ ਹੈ ਨਾ ਹਾਂ ਉਹ ਜਿਹੜਾ ਗੁਰ ਨੂੰ ਮੰਨਦਾ ਉਸ ਗੁਰ ਦੇ ਰਾਹੀਂ ਜਿਹੜਾ ਉਹਨੂੰ ਗਿਆਨ ਮਿਲਣਾ ਉਹਨੇ ਸ਼ਬਦਾਂ 'ਚ ਲਿਆਉਣਾ ਤਾਂ ਉਹ ਸ਼ਬਦ ਗੁਰੂ ਹੈ ਉਹਦਾ ਫਿਰ ਉਹ ਬਾਣੀ ਗੁਰੂ ਹੋ ਗਈ ਜੀ ਕਿਉਂਕਿ ਗੁਰੂ ਹੈ ਜਿਹੜੀ ਬਾਣੀ ਗੁਰੂ ਹੈ ਉਹ ਕਾਲ ਦੇ ਇੱਕ ਕਾਲ ਦੇ ਵਿਚਕਾਰ ਰੱਖ ਕੇ ਗਿਆਨ ਨੂੰ ਗੁਰ ਦੇ ਗਿਆਨ ਨੂੰ ਕਾਲ ਦੇ ਵਿਚਕਾਰ ਰੱਖ ਕੇ ਦਿੰਦੀ ਹੈ ਜੇ ਗੁਰ ਦੇ ਗਿਆਨ ਨੂੰ ਕਾਲ ਦੇ ਵਿਚਕਾਰ ਤੋਂ ਬਾਹਰ ਕੱਢਤਾ ਤਾਂ ਫਿਰ ਫਿਜ਼ਿਕਸ ਤੇ ਕੈਮਿਸਟਰੀ ਦੇ ਪ੍ਰਿੰਸੀਪਲ ਹੋ ਜਾਣਗੇ ਸਭ ਨੂੰ ਸਮਝ ਨਹੀਂ ਆਉਣੇ ਜੀ ਹੈ ਜੀ ਕਿਉਂਕਿ ਜਿਹੜੇ ਫਿਜ਼ਿਕਸ ਤੇ ਕੈਮਿਸਟਰੀ ਦੇ ਪ੍ਰਿੰਸੀਪਲਸ ਹੈ ਉਹ ਸਰਵਕਾਲ ਹੈ ਜਿਹੜੇ ਪ੍ਰਿੰਸੀਪਲਸ ਸਰਵਕਾਲ ਨਹੀਂ ਹੋਣਗੇ ਉਹ ਕੱਲ੍ਹ ਨੂੰ ਰੱਦ ਹੋ ਜਾਣਗੇ ਰੱਦ ਹੋਣਗੇ ਕਿਉਂਕਿ ਸਾਇੰਸ ਨੇ ਵਾਰ ਵਾਰ ਆਪਣੇ ਆਪ ਨੂੰ ਪਿਓਰੀਫਾਈ ਕਰਨਾ ਪਰ ਕਿਹੜਾ ਉਹ ਪ੍ਰਿੰਸੀਪਲ ਹੈ ਜਿਹੜਾ ਸਰਵਕਾਲ ਹੈ ਉਹ ਦਾਰਸ਼ਨਿਕ ਦਾ ਦਿਮਾਗ ਕੰਮ ਕਰਦਾ ਤੇ ਖਾਸ ਕਰਕੇ ਕਿਹਦਾ ਜਿਹੜਾ ਗੁਰਦਰਸ਼ਨ ਨੂੰ ਸਮਝਦਾ ਤੋ ਇਹ ਫਰਕ ਹੈਗਾ ਤੋ ਸਾਡੀ ਜਿਹੜੀ ਵੀ ਇਹ ਮਨੌਤੀਆਂ ਦੇ ਅਸੀਂ ਜਿਹੜੇ ਗੁਲਾਮ ਹੋ ਗਏ ਹਾਂ ਇਹ ਮਨੌਤੀਆਂ ਦੇ ਗੁਲਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹਦਾ ਧਿਆਨ ਹੈ ਉਹਨੇ ਮਨੌਤੀਆਂ ਤੋਂ ਛੁਟਕਾਰਾ ਪਾ ਜਾਣਾ ਜਿਹਦਾ ਨਹੀਂ ਉਹ ਹੈ ਸੋ ਧਰਮ ਦਾ ਜਿਹੜਾ ਤਲਕ ਹੈਗਾ ਉਹ ਕੁਦਰਤ ਵੱਲੋਂ ਨਿਸ਼ਚਿਤ ਹੈ ਕਿ ਕਿਹੜੇ ਬੰਦੇ ਦੀ ਕਿਹੜੀ ਕਿਰਤ ਵਿੱਚ ਉਹਦਾ ਧਰਮ ਹੈ ਧਰਮ ਦਾ ਇਹ ਅਰਥ ਹੈ ਧਰਮ ਦਾ ਅਰਥ ਰਿਲੀਜਨ ਕਦੇ ਨਹੀਂ ਹੁੰਦਾ ਜੀ ਰਿਲੀਜਨ ਜਿਹੜਾ ਹੈ ਉਹ ਬੰਦੇ ਦੀ ਕਿਰਤ ਨਾਲ ਸੰਬੰਧਿਤ ਕਦੇ ਨਹੀਂ ਹੁੰਦਾ ਉਹ ਸਿੱਧਾ ਕੁਦਰਤ ਨਾਲ ਸੰਬੰਧਿਤ ਕਦੇ ਨਹੀਂ ਹੁੰਦਾ ਉਹ ਸਿੱਧਾ ਕੁਦਰਤ ਵਿੱਚ ਰਮੇ ਹੋਏ ਹੁਕਮ ਜਿਹਨੂੰ ਅਸੀਂ ਰਾਮ ਕਹਿੰਦੇ ਉਹਦੇ ਨਾਲ ਸੰਬੰਧਿਤ ਨਹੀਂ ਹੁੰਦਾ ਉਹ ਜਿਹੜਾ ਸਾਡਾ ਰਮਿਆ ਹੋਇਆ ਹੁਕਮ ਹੈ ਸਾਡੀ ਦੇਹੀ ਵਿੱਚ ਜਿਹੜਾ ਸਰਬੋਤਮ ਬਲ ਰੱਖਦਾ ਹੈ ਬਲ ਰਾਮ ਹੈ ਉਹਦੇ ਨਾਲ ਸੰਬੰਧਿਤ ਨਹੀਂ ਹੁੰਦਾ ਉਹ ਸਿਰਫ ਇੱਕ ਕੋਨਸੈਪਟ ਹੁੰਦਾ ਹੈ ਕਿ ਗੋਡ ਹੈ ਉਹਦੇ ਨਾਲ ਸੰਬੰਧਿਤ ਹੁੰਦਾ ਉਹਦੀ ਤੁਸੀਂ ਪੁਣਛਾਣ ਨਹੀਂ ਕਰ ਸਕਦੇ ਉਹਦੇ ਵਿੱਚ ਤੁਹਾਨੂੰ ਸ਼ਰਧਾ ਹੀ ਰੱਖਣੀ ਪੈਂਦੀ ਹੈ ਦੈਟਸ ਆਲ ਜੀ ਗੱਲ ਖਤਮ ਹੈ
जी प्रोफेसर साहब, एक ज्ञानी हरप्रीत सिंह जिहड़े अपने कार्यकारी हाँ जी उन्होंने भी एक संदेश दिवाली से उन्होंने दिता से काफ़ी विरोधता हुई है, की कहना चाहोगे उस बारे? पहली तो गल ये आ कि जो अकाल तख्त के जथेदार कहते हैं ना तो इदा लगता है कि जिमें असी भी कोई धर्म पीठ जहा बना के उत्ते कोई पंडा खड़ा करता तो पंडा कहता आ गल इदा या कि एक मौलवी कह दिता है कि आ गल इदा असी भी अपना खड़ा कर लिया जिमें सानू मजबूरी है। सो दरअसल सानू इदा लगता है कि जे असी रोम दे पोप का मुकाबला नहीं करिया, जे असी शंकराचार्य दे चार पीठां दे जिहड़े शंकराचार्य उन्हां दे बराबरी नहीं करी, जे असी मुला मुलाणे की बराबरी नहीं करी तो साडा धर्म की रह जूगा, साडा सिख धर्म कित्थे जाऊगा? हुण जदों साडे विचारवाना की जगह यही जी गल करन वाले इहे जे अंसर अगे आउंदे आ जिन्हां दा विचार दे नाल नेड़े तेड़े दा भी तलक नहीं, तो असी उन्हां लोकां नूं वोटां पा के काबज करा दिंदे आ, उत्थे फिर उल जुलूल गल्लां मारदे जाके। देखो सियासत दीआं दो गल्लां, जदों पंथ महाबली सी अंग्रेज़ां दे आउण तों पहलां जी, उस वेले अंग्रेज़ां दे आउण तों बाद दीआं जिहड़ियां संस्थावां पैदा होईआं जिहदे राहीं पोलीटिकल पावर चलदी आ उह संस्थावां उस वेले है नहीं सी, तां उस वेले पंथ महाबली सीगा, वो पैटर्न हुण नहीं चल सकता जी। अंग्रेज़ां दे आउण तों बाद साडे कोल रेप्रेजेंटेटिव इंस्टीट्यूशनज आए आ, लैजिस्लेटिव आई आ जिन्हों पार्लियामेंट कहते हैं सेंटर च, फिर साडे कोल जुडिशरी आई है जी, फिर साडे कोल एग्जैक्टिव आई है जिहड़ियां मिनिस्ट्रीज ने, पुलिस है, लॉ एंड ऑर्डर सारा, फिर साडे कोल मीडिया हैगा, फिर साडे कोल एक एजुकेशन मीडिया, ये सारिया संस्थावां ने, इन्हां संस्थावां राही राजसी सियासी ताकत चलनी है, इन्हां तो बिना नहीं चल सकती। जदों असी सिख वोटां पाउंदे आ तां इह संस्थावां जिहड़ियां भारत दे संविधान ते कानून अनुसार चलदियां, इहदे बारे साडे वोटरां नूं कोई जानकारी नहीं कि इन्हां द्वारा ताकत ने चलना, सियासी ताकत ने चलना, तो साडे वोटां पाउण वाले जिहड़े इन्हां गल्लां तों अणजाण है वोटां पा के ऐसे अणजाण बंदिआं नूं मूहरे लिआउंदे आ, आ तां जी साडे भोगां ते बड़ा आउंदा, इह तां मित्र है जी साडा, इहनूं तां असीं वोट पा के जिताउणा ही जिताउणा, काम की है इहदे जी 7-8 ठेके आ पर ठेके दी कोई गल नहीं है जी, आ फलाणा बंदा बई ये बड़े काम करवाउंदा साडे, ये असीं तां वोट इहनूं पाउणी ही पाउणी है। हुण जिहड़े लोकां नूं पता ही नहीं कि जिहड़े काम दोस्त मित्र ये वो सारे ओह पासे रखो, ये तुहाडे प्रतिनिधि बन के इन्हां ने उन्हां संस्थावां वी जाणा है जिसने तुहाडा अगे मुस्तकबिल तुहाडी किस्मत बनाउणी है जी। चलो इन्हां ने बिना सोचे समझे बंदे अगे भेजते, हुण जिहड़े बंदे अगे गए वह कुछ नहीं कर पाउंदे, उन्हां नूं पता ही नहीं ना वह किसानी लई कुछ कर पाए, किसानी लई तां कर पाउणगे जे उन्हां नूं इह गल दा पता होवे। हुण मैं फॉर एग्जाम्पल, बाकी गल्लां फिर एग्जाम्पल तां मेरे कोल 100 है, पर मैं एक एग्जाम्पल दिंदा मोटी पंजाब दे बारे। पंजाब दे लोग जिहड़े है उन्हां दा उन्हां दी वड्डी गिणती जिहड़ी है उह खेती नाल संबंधित है, खेतकारी ते दस्तकारी जिहड़ी मिल के खेत नूं चलाउंदी है जी। हुण इह खेतकारी दा किहड़े फंडामेंटल प्रिंसीपल दे उत्ते बुनियादी सिधांत उत्ते आधार है? बुनियादी सिधांत यह आ गुरबाणी दे अनुसार जी कि जिहड़ी जमीन है पृथ्वी धरती ये मां है जी, ठीक है जी, ओके। हुण यह धरती जिहड़ी है इस दे उत्ते मुशक्कत दा अधिकार इहदे जीवां दा, मनुखां ने अपनी चोण लड़ी, वखरे वखरे अपने रेप्रेजेंटेटिव चुने, वो रेप्रेजेंटेटिव ने पता होना चाहिए है कि धरती ते अधिकार सिर्फ ते सिर्फ कुदरत तौर ते पैदा होए मनुख दा है। मसलन कल नूं असी रोबोट बना लैंदे हैं, रोबोट है जिहड़ा आर्टिफिशियल इंटैलीजेंस नाल आटोमैटिक है, वह हज़ार बंदिआं जिन्ना काम कर सकदा जी, गुरमत प्रिंसीपल अनुसार उहदा कोई अधिकार नहीं है, क्यों? उसनू धरती तो पैदा हुई वस्त अपने जीवन चलाने जरूरी नहीं, उसनू धरती तो पैदा हुई बिजली जिहड़ी है या कोई फ्यूल जिहड़ी के उस रोबोट नू चलावे वह जरूरी है।
पर धरती जिहड़ा कुदरती प्रोडक्ट अपना दे रही है वह बंदे लई जरूरी है। इस करके रोबोट का कोई काम नहीं कि वह हज़ार बंदियां नूं अनएम्पलॉयड करे जी। की यह वोट देण वाले लोगों नूं पता है कि जिहड़े असीं प्रतिनिधि चुन रहे हैं उन्हां नूं इह गल दा पता होगा ते कल नूं जदों कानून बन गए जिहड़े कि आर्टिफिशियल इंटैलीजेंस नाल रिलेटिड होणगे ते उह उसदे बारे कोई फैसला कर सकणगे? एक भी पंजाब च मैनूं रैप्रजेंटेटिव दस दिओ या मनुख दस दिओ जिहड़ा इदां सोचदा होवे। जे सोचते हो सियासी ताकत च अगे नहीं आ सकते क्योंकि लोग इस दे बारे सुते पे है। लेकिन आर्टिफिशियल इंटैलीजेंस ऑलरेडी 25-30% जो जॉब्स है उन्हों खा जाता हड़प चुके ऑलरेडी बिल्कुल लोगों को पता नहीं तो साढ़े पंजाब तो बिल्कुल ही सुता पिया रेप्रेजेंटेटिव किसी नहीं पता। बिल्कुल दूजी गल की कोई कारपोरेट बॉडी कंपनी या सरकार वह भी कारपोरेट बॉडी है जी कोऑपरेटिव सोसायटी कोई भी सरकारी दफ्तर या सरकारी ऑर्गेनाइजेशन या कोई सोसाइटी या कुछ की वह जमीन की मालकी के दावेदार हो सकती है? इंडियन कानून के अनुसार बहुत ही दुनिया के सारे कानून अनुसार यस हो सकती है, गुरमत के अनुसार नहीं हो सकती। गुरमत के अनुसार सिर्फ तो सिर्फ जेडे जीव है उन्हों का धरती सीधा संबंध है, किसी कारपोरेट बॉडी का कोई संबंध नहीं। गुरमत के अनुसार किसी स्टेट को कोई इख्तियार नहीं कि जमीन पर कब्जे करे। नो लैंड कैन बी ए स्टेट लैंड, नो लैंड कैन बी ए क्राउन लैंड, नो लैंड कैन बी ए कारपोरेट बॉडी लैंड, नो। दिस इज डायरेक्टली ओनरशिप ऑफ द नेचर फॉर द क्रिएचर्स ऑफ द नेचर जी, एंड लॉ हैज टू अबाइड इट, कॉन्स्टिट्यूशन हैज टू अबाइड इट। पंजाब की सारी मुश्किल हल इस कल्ले सिद्धांत उत्ते पिया। अकाली दल ने लड़ूगा कि बादल नूं ये गल बारे जागरूकता है कि वह गल सुन लई तैयार है कि आप आम आदमी पार्टी के बंदे इस गल लई जागरूक है? मनु लगता है जे मैं धर्मवीर गांधी नाल गल करा तो वह शायद उन्हें एकदम फड़ लेगा जी, क्योंकि इसलिए इमोशनल बंदे की लोड़ है, इसलिए चतर चलाक बुद्धि वाले बंदे की लोड़ नहीं है कि मौके पर आके फिसल के पासे हो जाए जी। हाँ, ये धुरे नूं तुसीं बना के नुकता तुर पोंगे तो पंजाब की मेजोरिटी जिहड़ी पापूलेशन है वह इस नुकते दे मगर तुर के एक मूवमेंट बन जूगी जी। उहदे सामने स्टेट भी कुछ नहीं कर सकती, पर जे सिख धर्म का मसला बना के तुरे तो फिर वह अंग्रेजा वाले रिलीजन की गल आ जाती है, वह हमेशा डिवाइड करती है। वह डिवाइड करती है तो सिखां दी जिहड़ी सिख धर्म पिछे कोई भी एक्टिविटी है भावें बरगाड़ी है भावें कुछ भी है उहदे विच उह जिहड़ी मेन स्ट्रीम सिख है ना जिहड़े इस तरह की सिखी लई खड़े हुंदे आ उह 15-20% पंजाब की पापूलेशन तो उपर नहीं हैगे। उन्हां दे अगेंस्ट पंजाब की बाकी पापूलेशन चल रही है। बादल उस 15-20% नूं चक्कर च पाई रखदा ते बाकी सारी पापूलेशन नूं खुश रखदा, वह ऑर्गेनाइज होकर वोटा पा दी है या इनू या कांग्रेस ते हुण भी यही है। बादल चुप है यस, उन्हू की मतलब है उदा वोट बैंक पक्का, वह डेंट नहीं मारिया जा सकता। वह डेंट ता मारिया जा सकू जब मैं कहना कि धरती नाल वाबस्ता ने उहदे जीव दस्तकारियां ते खेतकारी सारी धरती नाल सीधी वाबस्ता है। वह तुसी पॉइंट चकूंगे कि यह स्टेट की गिरफ्त तो आजाद होनी चाहिए है। स्टेट का कोई मतलब नहीं कि वह मालकी जितावे इन्हों से, बिल्कुल स्टेट का वो तो वह तलक प्रोडक्शन चो टैक्स लेना, इस तो वह कुछ नहीं जी। तो स्टेट का मतलब है लॉ एंड ऑर्डर कायम रखना, ना कि आके विच जमीन नू बिजनेस बनाना। यह स्टेट की मकारी होगी, यह इलेजिटीमेसी आ, दिस इज वायोलेशन ऑफ द नेचुरल लॉ, वायोलेशन ऑफ विस मेजर, यह हुक्म का विरोध है जी। इत्थे तुसी देखो पंजाब की सारी खलकत किवें नहीं इकट्ठी होंदी, हरियाणे की भी हो जाएगी क्योंकि इत्थे मजहब की गल नहीं, कोई रौला पाउण की गल नहीं कि गुरमत की है, पर गल गुरमत की है। गुरमत का रौला पाउण की लोड़ नहीं होंदी। जिथे भी सतगुर साहबान ने कोई मुहिम खड़ी की है उन्होंने कोई गल ही नहीं यही जी करी मजहब वाली, उन्होंने तो मुख नुकते ले है वह सीधे मनुखों नाल वाबस्ता सी, मनुख भौरिया वांगू मरन लई आए अगे। तो साडे जितने भी लोग हैगे आ ओह
ਸਿਆਸਤ ਦੇ ਨਵੇਂ ਜਿਹੜੇ ਜਿਹੜੀਆਂ ਸੰਸਥਾਵਾਂ ਨੇ ਉਹ ਤੋਂ ਅਣਭਿੱਜੇ ਅਣਜਾਣ ਹੈ, ਅਣਜਾਣ ਬੰਦਿਆਂ ਨੂੰ ਮੂਹਰੇ ਲਿਆਉਂਦੇ ਆ ਅਤੇ ਜਿਹੜਾ ਜਾਣਕਾਰ ਦਾ ਰੌਲਾ ਪਾਉਂਦਾ ਰਹਿ ਜਾਂਦਾ। ਮੈਂ ਐਜੂਕੇਸ਼ਨ ਮੀਡੀਆ 'ਚੋਂ ਆਇਆ ਜੀ, ਮੈਂ 1978-79 ਤੋਂ ਤਕਰੀਬਨ ਆਪਣੀ ਆਵਾਜ਼ ਬੁਲੰਦ ਕਰਦਾ ਰਿਹਾ ਕਿ ਸਾਡੇ ਜਿਹੜੇ ਐਜੂਕੇਸ਼ਨ ਇੰਸਟੀਟਿਊਸ਼ਨ ਹੈ ਇਹ ਕਿਲ੍ਹੇ ਹੈ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਜਾ ਕੇ ਕੈਦੀ ਬਣਾਉਂਦੇ ਹਾਂ ਅਤੇ ਉਸ ਕੈਦ 'ਚੋਂ ਜਦੋਂ ਬਾਹਰ ਨਿਕਲਦੇ ਆ ਉਹਨਾਂ ਦੇ ਸਿਰ ਉਹ ਨਹੀਂ ਹੁੰਦੇ ਜਿਹੜੇ ਕੁਦਰਤ ਨੇ ਉਹਨਾਂ ਨੂੰ ਪਹਿਲਾਂ ਬਖਸ਼ੇ ਸੀ। ਬਿਲਕੁਲ, ਅਸੀਂ ਉਹਨਾਂ ਦੀ ਹੱਤਿਆ ਕਰਦੇ ਹਾਂ ਉੱਥੇ ਅਤੇ ਨਵਾਂ ਸਿਰ ਜੋੜਦੇ ਹਾਂ ਜੀ। ਅਤੇ ਜੇ ਤੁਹਾਨੂੰ ਸਮਝ ਆਵੇ ਲੋਕੋ ਤਾਂ ਮੇਰੀ ਗੱਲ ਸੁਣ ਲਓ, ਹਾਥੀ ਦਾ ਸਿਰ ਭਾਵੇਂ ਗਣੇਸ਼ ਜੀ ਅਤੇ ਸ਼ਿਵ ਨੇ ਰੱਖਿਆ ਕਿ ਨਹੀਂ ਰੱਖਿਆ, ਤੁਹਾਡੇ ਸਭ ਦੇ ਉੱਤੇ ਮੌਜੂਦਾ ਮਾਇਆ ਸਭਤਾ ਨੇ ਤੁਹਾਡੇ ਬੱਚਿਆਂ ਦੇ ਸਿਰ ਲਾ ਕੇ ਉਹਨਾਂ ਨੇ ਆਪਣੇ ਸਿਰ ਰੱਖੇ ਆ ਅਤੇ ਰੱਖਦੇ ਜਾ ਰਹੇ ਆ। ਅਤੇ ਤੁਸੀਂ ਹੁਣ ਕਹਾਣੀਆਂ ਘੜਦੇ ਰਹੋ ਕਿ ਫਲਾਣੇ ਦੇ ਸਿਰ ਕੱਟ ਕੇ ਬੱਕਰੇ ਦਾ ਸਿਰ ਰੱਖਤਾ, ਫਲਾਣੇ ਦਾ ਸਿਰ ਕੱਟ ਕੇ ਉੱਥੇ ਹਾਥੀ ਦਾ ਸਿਰ ਰੱਖਤਾ, ਹੀ ਹਾ 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 ਹਾ, ਆਪਣੇ ਆਪ 'ਤੇ ਹੱਸਦੇ ਰਹੋ। ਡੀ ਕੋਡ ਨਾ ਕਰਿਓ, ਉਹਦਾ ਭੇਦ ਸਮਝਣ ਦੀ ਕੋਸ਼ਿਸ਼ ਨਾ ਕਰਿਓ। ਤੁਹਾਡੇ ਸਾਡੇ ਸਿਰਾਂ 'ਤੇ 250-250 ਸਾਲ ਤੋਂ ਕਿਹੜਾ ਸਿਰ ਰੱਖਿਆ ਜਾ ਰਿਹਾ, ਕਦੇ ਸੋਚਿਆ? ਸੋਚਣ ਦੀ ਜ਼ਰੂਰਤ ਹੈ। ਪ੍ਰੋਫੈਸਰ ਸਾਹਿਬ, ਇੱਕ ਬ੍ਰੇਕ ਦਾ ਟਾਈਮ ਹੋ ਗਿਆ ਕਮਰਸ਼ੀਅਲ ਦਾ, ਸੋ ਸਾਡੇ ਦਰਸ਼ਕਾਂ ਨੂੰ ਦੱਸਦੀਏ ਕਿ ਪ੍ਰੋਫੈਸਰ ਸਾਹਿਬ ਗੁਰਬਾਣੀ ਨੂੰ ਆਧਾਰ ਬਣਾ ਕੇ ਜਿਹੜੀਆਂ ਗੱਲਾਂ ਕਰਦੇ ਨੇ ਬੜੀਆਂ ਸੁਣਨਯੋਗ ਹੈ, ਕਈ ਗੱਲਾਂ ਮੈਨੂੰ ਵੀ ਅੱਜ ਪਤਾ ਲੱਗਦੀਆਂ ਜਦੋਂ ਇਹ ਗੱਲ ਕਰਦੇ ਨੇ। ਜਿਵੇਂ ਇਹਨਾਂ ਨੇ ਗੱਲਾਂ ਕੀਤੀਆਂ ਕਿ ਬਾਦਲ ਹੋਣਾ ਨੂੰ ਪੁੱਛੀਏ ਕਿ ਜਿਹੜਾ ਇਹ ਧਰਤੀ ਦੇ ਉੱਪਰ ਰਹਿਣ ਦਾ ਹੱਕ ਕਿਹਨੂੰ ਆ। ਸੋ ਇਹ ਗੱਲਾਂ ਬਾਤਾਂ ਅਸੀਂ ਹੋਰ ਵੀ ਕਰਾਂਗੇ ਅਤੇ ਜਿਹੜਾ ਬਾਦਲ ਦਲ ਦੇ ਵਿੱਚ, ਅਕਾਲੀ ਦਲ ਦੇ ਵਿੱਚ ਭੁਚਾਲ ਆਇਆ ਵਾ, ਮਾਝੇ ਦੇ ਜਰਨੈਲ ਜਿਹੜੇ ਆ ਉਹ ਬਗਾਵਤ ਕਰ ਰਹੇ ਆ, ਉਹਨਾਂ ਦੀ ਬਾਬਤ ਵੀ ਗੱਲਬਾਤ ਕਰਾਂਗੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਤੁਸੀਂ ਸਾਡੇ ਕੋਲੋਂ ਜਨਰਲ ਰਿਪੇਅਰ, ਇਲੈਕਟ੍ਰੀਕਲ ਮੋਟਰ, ਟ੍ਰਾਂਸਮਿਸ਼ਨ, ਡਾਇਗਨੋਸ ਐਂਡ ਡਿਫਰੈਂਸ਼ੀਅਲ ਦਾ ਤਸੱਲੀ ਬਖਸ਼ ਕੰਮ ਕਰਵਾ ਸਕਦੇ ਹੋ। ਕਾਲ ਕਰੋ 450-934-2957। ਨੋਟ ਕਰੋ ਕਿ ਸਾਨੂੰ USA ਲਈ ਡਰਾਈਵਰਸ ਤੇ ਬ੍ਰੋਕਰਸ ਦੀ ਲੋੜ ਹੈ। ਸਾਡੇ ਨਵੇਂ ਟਰੱਕ ਟ੍ਰੇਲਰਾਂ ਦੀ ਡਰਾਈਵਿੰਗ ਦਾ ਆਨੰਦ ਲੈਣ ਲਈ ਤੇ ਚੰਗੇ ਮਾਈਲ ਤੇ ਚੰਗੇ ਡਾਲਰ ਕਮਾਉਣ ਲਈ ਸਾਡੀ ਫ੍ਰੈਂਡਲੀ ਡਿਸਪੈਚ ਨੂੰ ਕਾਲ ਕਰੋ। ਨੰਬਰ ਹੈ 450-687-9995। ਡਾਕਟਰ ਪਹੁੰਚੋ 53-68 ਬੋਲੇਵਰਡ ਕਲੈਰੋ ਲਵਾਲ। ਡਾਇਰੈਕਟ ਕ੍ਰਾਸ ਟਾਕ GTA ਦਾ ਜਾਣਿਆ ਪਛਾਣਿਆ ਨਾਮ। 2010 ਤੋਂ ਹਫਤੇ ਦੇ 7 ਦਿਨ ਟਰੱਕਿੰਗ ਕੰਪਨੀ ਲਈ ਕ੍ਰਾਸ ਟਾਕ ਤੇ ਵੇਅਰ ਹਾਊਸ ਦੀਆਂ ਸੇਵਾਵਾਂ ਦੇ ਰਿਹਾ ਹੈ। LTL ਫੁੱਲ ਲੋਡ ਮਿਕਸ ਕਰਕੇ ਘੱਟ ਮਾਈਲ ਵਿੱਚ ਵੱਧ ਆਮਦਨੀ ਕਰੋ। ਵੇਅਰ ਐਡਜਸਟਮੈਂਟ, ਪੇਪਰ ਰੋਲ ਤੇ ਫਲੋਰ ਲੋਡ ਦੀ ਕ੍ਰਾਸ ਟਾਕ ਕਰਵਾਉਣ ਲਈ ਅੱਜ ਹੀ ਆਓ। 70 ਵਾਰਡ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ। ਕਾਲ ਅਸ 416-688-7230। ਤੁਹਾਡੀ ਹੈਲਪ ਕਰਕੇ ਸਾਨੂੰ ਖੁਸ਼ੀ ਮਹਿਸੂਸ ਹੋਵੇਗੀ। ਧੰਨਵਾਦ। Have you cancelled any travel plan because of flight prices? No problem, we got the solution. ਹੁਣ ਤੁਸੀਂ ਵਰਲਡ ਵਿੱਚ ਕਿਤੇ ਵੀ ਜਾਣਾ ਹੋਵੇ ਤਾਂ ਤੁਸੀਂ ਸਾਡੀ ਆਲ ਲਿੰਕ ਟ੍ਰੈਵਲ ਦੀ ਕਿਸੇ ਵੀ ਬ੍ਰਾਂਚ ਤੋਂ ਸਸਤੀਆਂ ਫਲਾਈਟ ਟਿਕਟਸ ਬੁੱਕ ਕਰਵਾ ਸਕਦੇ ਹੋ। ਡੈਸਟੀਨੇਸ਼ਨ ਵੈਡਿੰਗ, ਡ੍ਰੀਮ ਹਨੀਮੂਨ ਅਤੇ ਕਰੂਜ਼ ਪੈਕੇਜਸ ਸਾਡੀ ਸਪੈਸ਼ਲ ਟ੍ਰੈਵਲ ਲੋਕੇਸ਼ਨ ਤੋਂ ਅਵੇਲੇਬਲ ਹਨ। ਆਫਟਰ ਆਵਰ ਤੁਹਾਨੂੰ ਆਲ ਲਿੰਕ ਟ੍ਰੈਵਲ ਦੇ ਕਿਸੇ ਆਫਿਸ ਦੇ ਵਿੱਚੋਂ ਕੋਈ ਫੋਨ ਨਹੀਂ ਚੱਕਦਾ ਹੈਗਾ, ਤੁਸੀਂ ਸਾਡੇ ਹੈੱਡ ਆਫਿਸ ਦੇ ਉੱਤੇ ਫੋਨ ਕਰ ਸਕਦੇ ਹੈਗੇ ਆ, ਜਿਹੜਾ ਕਿ 24 ਆਵਰ ਓਪਨ ਹੈਗਾ ਆ। ਉਹਨਾਂ ਦਾ ਫੋਨ ਨੰਬਰ 416-293-8700 'ਤੇ ਤੁਸੀਂ ਕਾਲ ਕਰ ਸਕਦੇ ਆ ਅਤੇ ਫਿਰ ਮੇਰੇ ਨਾਲ ਤੁਸੀਂ ਪਰਸਨਲ ਬੱਲੇ ਦਿਖਾਈ ਨਾਲ ਗੱਲਬਾਤ ਕਰ ਸਕਦੇ। ਏਸ਼ੀਅਨ ਕਮਿਊਨਿਟੀ ਦਾ ਸਭ ਤੋਂ ਪਹਿਲਾ ਸਟੋਰ ਜਿਹੜਾ 20 ਸਾਲਾਂ ਤੋਂ ਤੁਹਾਡੀ ਸੇਵਾ ਕਰ ਰਿਹਾ ਹੈ। ਮੌਂਟਰੀਅਲ 'ਚ ਕਿਸੇ ਵੀ ਤਰ੍ਹਾਂ ਦੀ ਫਲੋਰਿੰਗ ਜਾਂ ਕਾਰਪੇਟ ਦਾ ਕੰਮ ਕਰਵਾਓ, ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ, ਮੰਦਿਰ, ਮਸਜਿਦ, ਗੁਰਦੁਆਰਾ ਸਾਹਿਬ, ਹੋਟਲ, ਮੋਟੇਲ ਵਿੱਚ ਫਲੋਰਿੰਗ ਜਾਂ ਕਾਰਪੇਟ ਪਵਾਓ। ਕਾਰਪੇਟ ਦੇ ਨਾਲ ਨਾਲ ਫਲੋਰ ਪਾਲਿਸ਼ ਤੇ ਸੈਰਾਮਿਕ ਟਾਇਲਸ ਲਗਵਾਉਣ ਦਾ ਕੰਮ ਵੀ ਕਰਵਾਓ। ਅੱਜ ਤੁਸੀਂ ਕਾਲ ਕਰੋ ਤੇ ਕੱਲ ਤੁਹਾਡਾ ਜਿਹੜਾ ਕੰਮ ਹੈ ਇਨਸ਼ਾਅੱਲਾ ਮੁਕੰਮਲ ਹੋ ਜਾਏ। ਤੇ 1165 ਲੋਵੇ ਵੈਸਟ, ਫੋਨ ਨੰਬਰ ਹੈ 514-277-4949। JB ਟਰਾਂਸਪੋਰਟ।
ਚੰਗੇ ਪੈਸੇ ਬਣਾਉਣ ਲਈ ਅਤੇ ਚੰਗੇ ਮਾਈਲਸ ਪਾਉਣ ਲਈ GTA ਦਾ ਮੰਨਿਆ ਪਰ ਮੰਨਿਆ ਨਾਮ। ਇਫ ਯੂ ਆਰ ਲੁਕਿੰਗ ਫਾਰ ਅ ਰਿਲਾਇਬਲ ਜੌਬ ਵਿਦ ਅ ਨਾਈਸ ਡਿਸਪੈਚ ਐਂਡ ਬ੍ਰੈਂਡ ਨਿਊ ਟਰੱਕਸ ਤਾਂ JB ਟਰਾਂਸਪੋਰਟ ਹੀ ਹੈ ਤੁਹਾਡੀ ਪਹਿਲੀ ਪਸੰਦ। ਲੌਂਗ ਰੂਟ ਜਾਂ ਸ਼ੋਰਟ ਰੂਟ, US ਜਾਂ ਕੈਨੇਡਾ ਲਈ ਡਰਾਈਵਰ ਜਾਂ ਓਨਰ ਆਪਰੇਟਰ ਅੱਜ ਹੀ ਕਾਲ ਕਰੋ JB ਟਰਾਂਸਪੋਰਟ 905-792-5100। ਜੇ ਤੁਸੀਂ ਟਰੱਕਿੰਗ ਬਿਜ਼ਨਸ 'ਚ ਹੋ ਤਾਂ ਤੁਸੀਂ ਕੋਈ ਵੀ ਇਨਵੋਇਸ ਕੈਸ਼ ਕਰਵਾ ਸਕਦੇ ਹੋ ਸਿਰਫ 24 ਘੰਟਿਆਂ 'ਚ, ਉਹ ਵੀ 95% ਤੱਕ। ਤੁਸੀਂ ਪੰਜਾਬੀ ਵਿੱਚ ਗੱਲ ਕਰਕੇ ਕੋਈ ਵੀ ਸਲਾਹ ਲੈ ਸਕਦੇ ਹੋ। ਇੱਥੇ ਫਿਊਲ ਕਾਰਡ ਸਰਵਿਸਿਜ਼ ਦੇ ਨਾਲ ਕ੍ਰੈਡਿਟ ਮੈਨੇਜਮੈਂਟ ਐਂਡ ਇੰਸ਼ੋਰੈਂਸ ਸਰਵਿਸਿਜ਼ ਵੀ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਕਾਲ ਅਸ ਟੂਡੇ 1-888-694-8721। Hi guys, JP over at JD Factors here. One of the main struggles the transport industry deals with nowadays is the cash flow rate. A quick visit to our webpage at jdfactors.com, we can make sure that the industry grows, community grows, and that we're all working towards the future. JK Accounting 18 saal to de rahe han Montreal vich seva ma tax planning, payroll, GST, QST, company registration, bookkeeping, ifta ate real estate waste sampark karo. BTN24 da reference date te owner operator da $700 prati saal da ate personal tax $30 vich bharwao. Call karo Gurdyal Singh Chanki 514-585-6870. For accounting and real estate services, the name you can trust, JK Accounting. KJS Transport, stress-free work te vadhiya paise banaun layi GTA da janya pehchanya naam. KJS Transport, all over North America with long haul and short haul te friendly dispatch naal kam karo. Brand new trucks and trailer naal long ate short routes also available. Driver te owner operator ajj hi call karo Kulwant Singh ja Jinder Butter 905-789-9500 ja ajj hi pahuncho 321 Orenda Road, Brampton, Ontario. KJS Transport. ਟੋਇੰਗ ਟੋਇੰਗ ਦੀ ਦੁਨੀਆ ਦਾ ਬਾਦਸ਼ਾਹ। ਜੇਕਰ ਤੁਸੀਂ ਰੋਡ ਤੇ ਸਟਕ ਹੋ ਗਏ ਹੋ ਜਾਂ ਤੁਹਾਡੀ ਕਾਰ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਘਬਰਾਉਣ ਦੀ ਲੋੜ ਨਹੀਂ, ਕਿਉਂਕਿ ਪਿਛਲੇ 10 ਸਾਲਾਂ ਤੋਂ ਹਫਤੇ ਦੇ 7 ਦਿਨ 24 ਘੰਟੇ ਟੋਇੰਗ ਦੀ ਸਰਵਿਸ ਦੇ ਰਿਹਾ ਹੈ ਸਾਡਾ ਐਕਸਪੀਰੀਅੰਸਡ ਅਤੇ ਟ੍ਰੇਨਡ ਸਟਾਫ, ਜੋ ਕਿ ਹੈਵੀ ਟੋਇੰਗ, ਰਿਕਵਰੀ ਅਤੇ ਟ੍ਰਾਂਸਪੋਰਟੇਸ਼ਨ ਦੇ ਮਾਹਿਰ ਹਨ। ਟੋਇੰਗ ਲਈ ਕਾਲ ਕਰੋ 416-677-2222। ਨਿਊ ਮਿਲੇਨੀਅਮ ਟਰੱਕ ਸੈਂਟਰ, ਤੁਸੀਂ ਸਾਡੇ ਕੋਲੋਂ ਕਿਸੇ ਵੀ ਤਰ੍ਹਾਂ ਦੀ ਟਰੱਕ ਰਿਪੇਅਰ, ਆਇਲ ਚੇਂਜ, ਡਿਫਰੈਂਸ਼ੀਅਲ ਟ੍ਰਾਂਸਮਿਸ਼ਨ, ਕਲੱਚ ਤੇ ਹਰ ਤਰ੍ਹਾਂ ਦਾ ਡਾਇਗਨੋਸ ਕਰਵਾ ਸਕਦੇ ਹੋ। ਖੁੱਲੀ ਪਾਰਕਿੰਗ, ਟ੍ਰੇਲਰ ਰਿਪੇਅਰ ਤੇ ਵੈਲਡਿੰਗ, ਟਰੱਕ ਟੋਇੰਗ ਤੇ ਹਰ ਤਰ੍ਹਾਂ ਦੇ ਨਵੇਂ ਅਤੇ ਪੁਰਾਣੇ ਟਾਇਰ ਪਵਾ ਤੇ ਰਿਪੇਅਰ ਕਰਵਾ ਸਕਦੇ ਹੋ। ਅੱਜ ਹੀ ਕਾਲ ਕਰੋ 450-455-2307 ਜਾਂ 514-961-4482। ਲੈਣਾ ਹੋਵੇ ਘਰ ਜਾਂ ਲੈਣਾ ਹੋਵੇ ਕੋਈ ਵਪਾਰ, ਤੁਹਾਡਾ ਰੀਅਲ ਸਟੇਟ ਦਾ ਹਰ ਸੁਪਨਾ ਕਰਦੇ ਨੇ ਸਾਕਾਰ। ਟੀਮ ਹੋਮ ਫਾਰ ਮੀ ਦੇ ਗੁਰਮਿੰਦਰ ਆਹਲੂਵਾਲੀਆ ਤੇ ਗੁਰਵਿੰਦਰ ਅਠਵਾਲ, ਰਾਇਲ ਲੀਪਿਕ ਫਲਾਵਰ ਸਿਟੀ ਰਿਐਲਟੀ ਨਾਲ ਕੰਮ ਕਰਦੇ ਡੈਡੀਕੇਟਡ ਤੇ ਪ੍ਰੋਫੈਸ਼ਨਲ ਰਿਐਲਟਰਸ ਗੁਰਮਿੰਦਰ ਹੋਣਾ ਨਾਲ ਤੁਸੀਂ 416-593-31 ਤੇ ਗੁਰਵਿੰਦਰ ਅਠਵਾਲ ਨਾਲ 416-919-0005 ਤੇ ਸੰਪਰਕ ਕਰ ਸਕਦੇ ਹੋ। ਘਰ ਖਰੀਦਣ, ਵੇਚਣ ਜਾਂ ਲੀਜ਼ ਜਾਂ ਇਨਵੈਸਟਮੈਂਟ ਦੇ ਲਈ ਇੱਕੋ ਇੱਕ ਨਾਂ, ਟੀਮ ਹੋਮ ਫਾਰ ਮੀ। ਬ੍ਰੇਕ ਤੋਂ ਬਾਅਦ ਫਿਰ ਇੱਕ ਵਾਰ ਤੁਹਾਡਾ ਸਵਾਗਤ ਹੈ ਅਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਪ੍ਰੋਫੈਸਰ ਦਵਿੰਦਰ ਸਿੰਘ ਦੇ ਨਾਲ।
ਦਿਵਾਲੀ ਔਰ ਜਿਹੜੇ ਬੰਦੀ ਛੋੜ ਦੇ ਉਸਦੇ ਸੰਬੰਧ ਵਿੱਚ ਪਹਿਲਾਂ ਅਸੀਂ ਗੱਲਬਾਤ ਕੀਤੀ ਹੈ ਔਰ ਸਾਡੀ ਗੱਲਬਾਤ ਚੱਲ ਰਹੀ ਸੀ ਕਿ ਜਥੇਦਾਰ ਹਰਪ੍ਰੀਤ ਸਿੰਘ ਨੇ ਇੱਕ ਸੰਦੇਸ਼ ਜਿਹੜਾ ਦਿਵਾਲੀ ਦੇ ਜਾਂ ਬੰਦੀ ਛੋੜ ਦੇ ਦਿਵਸ ਦੇ ਉੱਪਰ ਦਿੱਤਾ ਹੈ ਉਹਦੇ ਸੰਬੰਧ 'ਚ ਅਸੀਂ ਗੱਲਬਾਤ ਕਰ ਰਹੇ ਸੀਗੇ। ਪ੍ਰੋਫੈਸਰ ਸਾਹਿਬ, ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਜਿਹੜੇ ਕਾਰਜਕਾਰੀ ਜਥੇਦਾਰ ਨੇ ਉਹਨਾਂ ਨੂੰ ਉਹ ਸੰਦੇਸ਼ ਉੱਥੇ ਦੇਣਾ ਚਾਹੀਦਾ ਸੀਗਾ? ਕਿਉਂਕਿ ਲੋਕਾਂ ਨੇ ਵਿਰੋਧ ਤਾਂ ਕਾਫੀ ਕੀਤੀ ਹੈ ਉਹਦੀ, ਕੁਝ ਉਹਨਾਂ ਦੇ ਹੱਕ ਦੇ ਵਿੱਚ ਵੀ ਹੋਣਗੇ, ਕੁਝ ਉਹਨਾਂ ਦੀ ਵਿਰੋਧ ਤਾਂ ਕਰਨ ਵਾਲੀ ਸੀ। ਤੁਹਾਡੇ ਜ਼ਿਹਨ ਦੇ ਵਿੱਚ ਕੀ ਆਉਂਦਾ ਗਾ ਕਿ ਇਹ ਕਿੱਦਾਂ ਦਾ ਮਾਹੌਲ ਬਣਿਆ ਹੋਇਆ? ਉਹ ਮੇਰਾ ਖਿਆਲ ਹੈ ਕਿ ਇਹ ਇਲੈਜੀਟੀਮੇਟ ਆ, ਇਹਦੀ ਕੋਈ ਵੈਧਤਾ ਨਹੀਂ ਹੈ, ਜਥੇਦਾਰ ਦਾ ਕੋਈ ਮਤਲਬ ਨਹੀਂ ਹੈ, ਕਿਉਂਕਿ ਜਥੇਦਾਰ ਦਾ ਜਿਹੜਾ ਕੋਈ ਰੁਤਬਾ ਨਹੀਂ ਹੁੰਦਾ। ਪਹਿਲੀ ਤਾਂ ਗੱਲ ਹੈ ਕਿ ਅਕਾਲ ਦਾ ਤਖ਼ਤ ਨਹੀਂ ਹੁੰਦਾ, ਤਖ਼ਤ ਜਿਹੜਾ ਕਾਲ 'ਚ ਪ੍ਰਵੇਸ਼ ਕਰ ਗਿਆ ਉਹਦਾ ਤਾਂ ਤਖ਼ਤ ਹੋ ਸਕਦਾ ਜੀ, ਜਿਹੜਾ ਕਾਲ 'ਚ ਪ੍ਰਵੇਸ਼ ਨਹੀਂ ਕਰਿਆ ਉਹਦਾ ਤਖ਼ਤ ਕਿਵੇਂ ਹੋ ਜਾਏਗਾ? ਹੁਣ ਜਿਵੇਂ ਮੇਰਾ ਸਰੀਰ ਹੈ, ਇਹ ਕਰਤਾ ਪੁਰਖ ਦਾ ਧਾਰਿਆ ਹੋਇਆ, ਕਰਤਾ ਪੁਰਖ ਨੇ ਨਾਮ ਰੂਪੀ ਸਰੀਰ ਧਾਰਿਆ ਹੋਇਆ, ਤੋ ਅਕਾਲ ਪੁਰਖ ਦਾ ਤਖ਼ਤ ਕਿਵੇਂ ਹੋ ਸਕਦਾ? ਅਕਾਲ ਮੂਰਤ ਤਾਂ ਹੋ ਸਕਦਾ, ਅਕਾਲ ਪੁਰਖ ਕਿਵੇਂ ਹੋ ਸਕਦਾ ਜੀ? ਅਕਾਲ ਕਾਲ ਦੇ ਰੂਪ 'ਚ ਪੁਰਖ ਦੀ ਹਸਤੀ ਧਾਰਨ ਕਰਦਾ, ਹੁਣ ਇਹ ਦਰਸ਼ਨ ਹੈ, ਠੀਕ ਹੈ ਜੀ। ਅੱਛਾ, ਹੁਣ ਜਿਹੜਾ ਜਥੇਦਾਰ ਨੇ ਜੋ ਬਿਆਨ ਦਿੱਤਾ ਉਹਦੀ ਕੋਈ ਲੈਜੀਟੀਮੇਸੀ ਨਹੀਂ ਜੀ। ਹਾਂ, ਬਾਕੀ ਧਰਮ ਪੀਠਾਂ ਵਾਂਗੂ ਸਾਡਾ ਵੀ ਇੱਕ ਧਰਮ ਪੀਠ ਹੈ ਜੀ, ਅਸੀਂ ਵੀ ਜਿਵੇਂ ਮੈਂ ਕਿਹਾ ਸਾਡਾ ਰੋਮ ਦਾ ਪੋਪ ਹੈ ਜੀ, ਸਾਡਾ ਸ਼ੰਕਰਾਚਾਰੀ ਦਾ ਪੀਠ ਹੈ ਜੀ, ਸਾਡੇ ਮੁੱਲਾ ਮੁਲਾਣੇ ਨੇ ਜੀ, ਇਹ ਸਾਡਾ ਵੀ ਆਪਣਾ ਹੈਗਾ ਜੀ, ਬਸ ਇੱਦਾਂ ਦੀ ਨਕਲੋ ਹਰਕਤ ਹੈ, ਹੋਰ ਕੁਝ ਨਹੀਂ। ਇਟ ਇਜ਼ ਜਸਟ ਏ ਕਲੋਨਿੰਗ ਆਫ ਏ ਸੁਪੀਰੀਅਰ ਕਲਚਰ, ਅਸੀਂ ਇਹ ਮੰਨ ਲਿਆ ਕਿ ਜਿਹਦੀ ਅਸੀਂ ਨਕਲ ਮਾਰਦੇ ਹਾਂ ਉਹ ਸੁਪੀਰੀਅਰ ਹੈ, ਅਤੇ ਅਸੀਂ ਉਹਨਾਂ ਦੀ ਕਲੋਨਿੰਗ ਕਰ ਰਹੇ ਹਾਂ ਜੀ। ਸੋ ਸਾਡੀ ਬਦਕਿਸਮਤੀ ਹੈ ਕਿ ਬੰਦੇ ਸ੍ਰਿਸ਼ਟੀ ਦਾ ਜਿਹੜਾ ਗੁਰ ਹੈ ਉਸਨੂੰ ਆਪਣੀ ਮੱਤ ਵਿੱਚ ਧਾਰਨ ਕਰਨਾ ਐਡਾ ਵੱਡਾ, ਮਤਲਬ ਕਿ ਗੁਰਮਤ ਦਾ ਸਾਡੇ ਸਾਹਮਣੇ ਦਰਸ਼ਨ ਹੋਵੇ ਅਤੇ ਅਸੀਂ ਇੰਨੀਆਂ ਛੋਟੀਆਂ ਨਕਲਾਂ 'ਚ ਪਈਏ। ਮੈਨੂੰ ਤਾਂ ਇਹ ਲੱਗਦਾ ਕਿ ਅਸੀਂ ਨਕਲ 'ਚ ਹੀ ਬੰਦੇ ਨਕਲ 'ਚ ਹੀ ਪ੍ਰਧਾਨ ਨੂੰ ਚੁਣ ਕੇ ਅੱਗੇ ਕਰਦੇ ਹਾਂ ਹਰ ਜਗ੍ਹਾ 'ਤੇ, ਫਿਰ ਸਾਡੀ ਬੇਇੱਜ਼ਤੀ ਹੋਣੀ ਹੁੰਦੀ ਆ ਜੀ। ਆਪਾਂ ਅਕਾਲੀ ਦਲ ਦਾ ਜਿਹੜਾ ਭੁਚਾਲ ਆਇਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ, ਪਰ ਸਾਡੇ ਨਾਲ ਪਹਿਲਾਂ ਕਾਲਰ ਜੁੜੇ ਹੋਏ ਨੇ, ਉਹਨਾਂ ਦੀ ਗੱਲਬਾਤ ਵੀ ਸੁਣ ਲਈਏ। ਜੀ, ਸਵਾਗਤ ਹੈ ਤੁਹਾਡਾ ਜੀ ਪ੍ਰੋਗਰਾਮ ਦੇ ਵਿੱਚ। ਹਾਂਜੀ ਚਮਕੌਰ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ ਮੈਂ ਅਜੇ ਬੋਲ ਰਿਹਾ ਜੀ, ਇੱਥੋਂ ਮੋਂਟਰੀਅਲ ਤੋਂ ਜੀ। ਅਜੇ ਜੀ, ਵੈਲਕਮ। ਹਾਂਜੀ, ਅਤੇ ਪ੍ਰੋਫੈਸਰ ਸਾਹਿਬ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਮੋਸਟ ਵੈਲਕਮ। ਹਾਂਜੀ, ਮੈਂ ਤੁਹਾਡਾ ਸ਼ੋਅ ਸੁਣ ਰਿਹਾ ਸੀ ਹੁਣੇ, ਆਪਾਂ ਤੁਸੀਂ ਗੱਲ ਕੀਤੀ ਦੀਵਾਲੀ ਦੀ, ਉਹਦੀ ਮਹਾਨਤਾ ਦੀ ਅਤੇ ਕੀ ਇਹਦਾ ਪਿਛੋਕੜ ਆ, ਬਹੁਤ ਵਧੀਆ, ਲਾਈਕ ਬਹੁਤ ਕੁਛ ਸਿੱਖਣ ਨੂੰ ਮਿਲਿਆ, ਅਤੇ ਉਹੀ ਹੁਣ ਪਿੱਛੇ ਜੇ ਵਰਤ ਲੰਘ ਕੇ ਗਏ ਆ ਥੋੜੇ ਟਾਈਮ ਪਹਿਲਾਂ ਹੀ, ਤੇ ਆਪਣੇ ਲੋਕਾਂ ਦੇ ਵਿੱਚ ਬਹੁਤ ਹੁੰਦਾ ਵੀ ਆਪਣੇ ਲੋਕ ਵੀ ਰੱਖਣਗੇ ਵਰਤ, ਜੋ ਕਿ ਆਪਣੇ ਹੁਣ ਜੇ ਆਪਾਂ ਕਹਿ ਲਈਏ ਭਗਤ ਕਬੀਰ ਜੀ ਦਾ ਸਲੋਕ ਵੀ ਆਉਂਦਾ ਵਾ ਗੁਰਬਾਣੀ ਦੇ ਵਿੱਚ, ਕੋਈ ਕਿਸੇ ਨੂੰ ਕਹੋ ਉਹ ਮੁੜ ਕੇ ਕੰਟਰਡਿਕਟ ਕਰ ਦੇ, ਇਹਦੇ ਉੱਤੇ ਵੀ ਤੁਸੀਂ ਚਾਨਣਾ ਪਾਓਗੇ ਜੀ। ਜੀ, ਬਹੁਤ ਧੰਨਵਾਦ, ਮਿਹਰਬਾਨੀ ਕਾਲ ਕਰਨ ਦੇ ਲਈ ਜੀ। ਪ੍ਰੋਫੈਸਰ ਸਾਹਿਬ ਕੀ ਕਹਿਣਾ ਚਾਹੁੰਦੇ? ਵਰਤ ਸ਼ਬਦ ਹੈ, ਮੈਨੂੰ ਜਾਗਰੂਕਤਾ ਆਈ ਅਤੇ ਮੈਂ ਵਰਤ ਲਿਆ ਕਿ ਮੈਂ ਇਸ ਜਾਗਰੂਕਤਾ ਦੇ ਨੁਕਤੇ ਤੋਂ ਇੱਧਰ ਉੱਧਰ ਨਹੀਂ ਹੋਊਂਗਾ, ਇਸ ਦੇ ਉੱਤੇ ਚੱਲਾਂਗਾ, ਇਸ ਨੂੰ ਵਰਤ ਕਰਨਾ ਕਹਿੰਦੇ ਆ। ਵਰਤ ਦਾ ਮਤਲਬ ਭੁੱਖਾ ਰਹਿਣਾ ਨਹੀਂ ਹੁੰਦਾ ਜੀ। ਮੈਂ ਕਹਿਦਾ ਰਿਹਾ ਕਿ ਹਰ ਉਹ ਨੁਕਤਾ ਜਿਹੜਾ ਮਨੁੱਖੀ ਜ਼ਿੰਦਗੀ ਦੇ ਪਹਿਲੂ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ, ਉਸਨੂੰ ਪੁਜਾਰੀ ਵਰਗ ਹਮੇਸ਼ਾ ਇੱਕ ਮਨੌਤੀ ਵਿੱਚ ਤਬਦੀਲ ਕਰਦਾ, ਉਸਦੇ 'ਚ ਉਹਦਾ ਪੂਜਾ ਦਾ ਧਾਨ ਮਿਲਦਾ ਉਹਨੂੰ। ਇੱਕ ਵਾਰੀ ਤੁਸੀਂ ਇੱਕ ਮਨੌਤੀ ਸ਼ੁਰੂ ਕਰੀ, ਚਲਦੀ 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 ਫਿਰ ਉਹ ਫੈਲ ਜਾਂਦੀ ਹੈ। ਅਜੇ ਮੈਂ ਦੇਖ ਰਿਹਾ ਸੀ ਪਿੱਛੇ ਇੱਕ ਵੱਡੀ ਸਾਰੀ ਪਰਾਤ 'ਚ ਬੰਦਾ ਪੈਰ ਪਾਈ ਬੈਠਾ, ਸਿਰ 'ਤੇ ਪੱਗੜ ਬੰਨਿਆ, ਉਹਦੇ ਪੈਰਾਂ 'ਤੇ ਪਾਣੀ ਪੈ ਰਿਹਾ ਅਤੇ ਤੀਵੀਆਂ ਅੱਧਾ ਦੋ ਦੋ ਹੱਥ ਕਰਕੇ ਬੁੱਕਾਂ ਭਰ ਭਰ ਪਾਣੀ ਪੀ ਰਹੀਆਂ। ਹੁਣ ਕਈ ਬੰਦੇ ਉਹ ਸਾਧ ਨੂੰ ਗਾਲਾਂ ਕੱਢ ਰਹੇ ਆ, ਪਰ ਮੈਂ ਤਾਂ ਜਿਹੜੀਆਂ ਪਾਣੀ ਪੀਂਦੀਆਂ ਉਹਦੀ ਗੱਲ ਕਰ ਰਿਹਾ ਜੀ। ਮੈਨੂੰ ਸਾਧਨਾ ਕੋਈ ਨਹੀਂ, ਠੱਗ ਤਾਂ ਹਾਰ ਜਾ ਗਈ ਆ। ਜੇ ਠੱਗ ਨੂੰ ਅੱਗੇ ਠੱਗੀ ਦਾ ਮਾਲ ਨਾ ਮਿਲੇ ਉਹ ਠੱਗੀ ਛੱਡ ਜੇ, ਜਦ ਤੱਕ ਠੱਗੀ ਦਾ ਮਾਲ ਹੈ ਠੱਗ ਨੇ ਹਟਣਾ। ਸੋ ਜਦ ਤੱਕ ਸਾਡੀਆਂ ਮਨੌਤੀਆਂ ਨੇ ਵਰਤ ਬਾਰੇ
ਤੇ ਜਿਹੜੀਆਂ ਮਨੋਤੀਆਂ ਨੇ ਉਸ ਤਰ੍ਹਾਂ ਦੀਆਂ ਮਨੋਤੀਆਂ ਅਸੀਂ ਪੂਰੀ ਕਰ ਲੈਣੀਆਂ। ਵਰਤ ਦਾ ਮਤਲਬ ਹੁੰਦਾ ਕਿ ਤੁਸੀਂ ਕੋਈ ਸੰਕਲਪ ਧਾਰਿਆ ਵੀ ਇਹ ਮੇਰਾ ਵਰਤ ਆ, ਮੈਂ ਪੂਰਾ ਕਰਨਾ। ਕਿਸੇ ਨੇ ਧਾਰ ਲਿਆ ਕਿ ਮੈਂ ਤਾਂ ਅੰਨ ਨਹੀਂ ਖਾਣਾ, ਉਹ ਵਰਤ ਧਾਰ ਲਿਆ। ਕਿਸੇ ਨੇ ਵਰਤ ਧਾਰ ਲਿਆ ਕਿ ਮੈਂ ਤਾਂ ਆਹ ਚੀਜ਼ ਜਦੋਂ ਤੱਕ ਕਲੀਅਰ ਨਹੀਂ ਹੁੰਦੀ ਮੈਂ ਉੱਠਣਾ ਨਹੀਂ, ਮੈਂ ਤਾਂ ਨੁਕਤਾ ਇਹਨੂੰ ਸਿੱਧ ਕਰਨਾ ਹੈ ਜਾਂ ਨਿਖਿੱਧ ਕਰਨਾ। ਮੈਨੂੰ ਇਹ ਸਮਝ ਆਉਣਾ ਚਾਹੀਦਾ। ਤੁਸੀਂ ਧਾਰ ਲਿਆ ਜਿਵੇਂ ਮਹਾਤਮਾ ਬੁੱਧ ਨੇ ਧਾਰਿਆ ਸੀ, ਠੀਕ ਆ ਜੀ, ਇਹ ਵਰਤ ਹੁੰਦੇ ਆ, ਵਰਤ ਧਾਰਨ ਕਰਨਾ। ਤੋ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਤੁਸੀਂ ਅੰਨ ਛੱਡ ਕੇ, ਅਗਰ ਤੁਹਾਡੇ ਸਰੀਰ ਨੂੰ ਕੋਈ ਸਮੱਸਿਆ ਹੈ ਤਾਂ ਸਰੀਰ ਨੇ ਆਪੇ ਕਹਿਣਾ ਭਾਈ ਮੈਨੂੰ ਅੰਨ ਜਿਹੜਾ ਨਾ ਦੇ। ਜੇ ਤੁਸੀਂ ਥੋੜ੍ਹੇ ਜਿਹੇ ਜਾਗਰੂਕ ਹੈ ਤੁਹਾਨੂੰ ਪਤਾ ਲੱਗ ਜੂ ਕਿ ਤੁਹਾਡਾ ਸਰੀਰ ਹੈ ਜਿਹੜਾ ਅੱਜ ਦਾਲ ਨਹੀਂ ਮੰਗ ਰਿਹਾ, ਤੁਹਾਡਾ ਸਰੀਰ ਹੈ ਜਿਹੜਾ ਅੱਜ ਕੜਾਹ ਪ੍ਰਸ਼ਾਦ ਮੰਗਦਾ, ਜਾਂ ਤੁਹਾਡਾ ਸਰੀਰ ਹੈ ਜਿਹੜਾ ਇਹ ਤੁਹਾਡਾ ਸਲੋ ਹੋ ਗਿਆ, ਤੁਹਾਡਾ ਮੈਟਾਬੋਲਿਜ਼ਮ, ਤੁਹਾਡੀ ਪਾਚਨ ਕਿਰਿਆ ਇਹ ਧੀਮੀ ਹੋ ਗਈ ਆ ਅਤੇ ਤੁਹਾਨੂੰ ਅਗਨ ਚਾਹੀਦੀ ਆ, ਤਾਂ ਤੁਹਾਨੂੰ ਫਿਰ ਉਹੀ ਜਿਹੀ ਚੀਜ਼ ਸਰੀਰ ਡਿਮਾਂਡ ਕਰਦਾ। ਨਹੀਂ ਕਰੂੰਗੇ ਤਾਂ ਤੁਸੀਂ ਕਹੋਗੇ ਬਾਏਬਾਦੀ ਹੋ ਗਈ, ਢਿੱਲਾ ਹੋ ਗਿਆ ਸਾਰਾ ਕੰਮ। ਸੋ ਇਹ ਸਾਰੀਆਂ ਜਿਹੜੀਆਂ ਨੇ ਇਹ ਚੀਜ਼ਾਂ ਅਗਰ ਤੁਸੀਂ ਇਹਨੂੰ ਨੇਮ ਬਣਾ ਲਉਂਗੇ ਕਿ ਵਰਤ ਹੈ, ਤਾਂ ਵਰਤ ਜੇ ਤਾਂ ਸਰੀਰ ਲਈ ਆ, ਆਯੁਰਵੇਦ ਦੀ ਆ, ਆਯੁਰਵੇਦ ਕਹਿੰਦਾ ਹੈ ਕਿ ਤੂੰ ਆਹ ਕਰ, ਠੀਕ ਆ। ਪਰ ਜੇ ਤੁਸੀਂ ਕਹਿੰਦੇ ਹੋ ਕਿਸੇ ਡਿਵਿਨਿਟੀ ਲਈ, ਕਿਸੇ ਦੈਵੀ ਉਹਦੇ ਲਈ, ਤਾਂ ਇਹ ਗੱਲ ਗਲਤ ਹੈ, ਕਿਉਂਕਿ ਅੰਨ ਖੁਦ ਦੈਵੀ ਆ। ਅੰਨ ਬੰਦੇ ਨੇ ਪੈਦਾ ਨਹੀਂ ਕੀਤਾ, ਅੰਨ ਕੁਦਰਤ ਦੀ ਦੇਣ ਆ। ਖੁਰਾਕ ਸਾਰੀ ਬੰਦੇ ਨੇ ਪੈਦਾ ਕੀਤੀ ਨਹੀਂ, ਖੁਰਾਕ ਕੁਦਰਤ ਨੇ ਪੈਦਾ ਕੀਤੀ ਆ, ਬੰਦੇ ਦੀ ਸਿਰਫ ਮੁਸ਼ਕਤ ਹੈ ਜੀ, ਠੀਕ ਹੈ ਜੀ। ਇਸ ਕਰਕੇ ਜਿਹੜੀ ਚੀਜ਼ ਕੁਦਰਤ ਵਾਲੀ ਆ ਉਹ ਚੀਜ਼ ਤੁਸੀਂ ਕਹਿ ਦਿਓ ਕਿ ਇਹ ਵਰਤ ਹੈ ਜਿਹੜਾ ਇਸਦਾ ਦੈਵੀਅਤ ਨਾਲ ਸੰਬੰਧ ਹੈ, ਨਹੀਂ ਇਹ ਗੱਪ ਹੈ। ਦੈਵੀ ਪੁਣੇ ਨਾਲ ਕੋਈ ਸੰਬੰਧ ਨਹੀਂ ਕਿਸੇ ਵਰਤ ਦਾ, ਹੈ ਜੀ। ਹਾਂ, ਆਯੁਰਵੇਦ ਅਨੁਸਾਰ, ਸਰੀਰ ਦੀ ਵੈਦਕੀ ਅਨੁਸਾਰ ਉਹ ਤੁਸੀਂ ਹਰ ਚੀਜ਼, ਤੁਹਾਨੂੰ ਹਰ ਬੰਦੇ ਨੂੰ ਮਾਫਕ ਨਹੀਂ। ਕੋਈ ਬੰਦਾ ਸੱਪ ਲੜਾ ਕੇ ਵੀ ਆਪਣਾ ਨਸ਼ਾ ਕਰਦਾ, ਤਾਂ ਸਾਨੂੰ ਤਾਂ ਮਾੜਾ ਮੋਟਾ ਨਸ਼ਾ ਵੀ ਨਹੀਂ, ਅਸੀਂ ਤਾਂ ਚਾਰ ਫੁਲਕੇ ਖਾ ਲਈ ਤਾਂ ਸਾਡੀ 5 ਘੰਟੇ ਸਾਡੀ ਨੀਂਦ ਨਹੀਂ ਖੁੱਲਦੀ, ਸਾਨੂੰ ਤਾਂ ਉਹੀ ਨਸ਼ਾ ਚੜ੍ਹ ਜਾਂਦਾ। ਬਿਲਕੁਲ। ਸੋ ਇਹੀ ਜੀ ਗੱਲ ਹੈ। ਤੋ ਇਸ ਕਰਕੇ ਅਸੀਂ ਸਮਝਦੇ ਹਾਂ ਇਹ ਬੁਨਿਆਦੀ ਆਧਾਰ ਹੈ ਜਿਹੜੇ ਵਰਤਾਂ ਦਾ, ਜਿਹੜੇ ਆਹ ਅੰਨ ਨਾ ਖਾਣਾ, ਇਹ ਵਰਤ ਰੱਖਣੇ ਆ ਜਿਹੜੇ, ਇਹ ਇੱਕ ਦਵੰਦ 'ਚੋਂ ਪੈਦਾ ਹੋਇਆ। ਉਹ ਕੀ ਹੈ ਕਿ ਪਦਾਰਥ ਅਤੇ ਦੈਵੀਅਤਾ ਇਹ ਦੋ ਵੱਖਰੀਆਂ ਚੀਜ਼ਾਂ ਹੈ, ਹੈ ਜੀ, ਕਿ ਮੈਟਰ ਐਂਡ ਡਿਵਿਨਿਟੀ ਜਾਂ ਸਪਿਰਿਟ ਬੋਥ ਆਰ ਡਿਫਰੈਂਟ। ਸੋ ਇੱਕ ਨੂੰ ਛੱਡ ਕੇ ਦੂਏ ਨੂੰ ਖੁਸ਼ ਕਰਨਾ, ਵੈਸੇ ਤਾਂ ਇਹ ਬਚਕਾਨਾ ਜੀ ਗੱਲ ਆ, ਬਹੁਤ ਬਚਕਾਨਾ ਗੱਲ ਹੈ, ਪਰ ਇਹ ਡੁਆਲਿਟੀ 'ਚੋਂ ਪੈਦਾ ਹੁੰਦੀ ਆ, ਠੀਕ ਹੈ ਜੀ। ਇਹ ਡੁਆਲਿਟੀ ਜਿਹੜੀ ਹੈ ਗੁਰਮਤਿ 'ਚ ਪ੍ਰਵਾਨ ਨਹੀਂ ਜੀ। ਬਸ ਗੁਰਮਤਿ ਇਹ ਕਹਿਣਾ ਵੀ ਉਹ ਖਾਣਾ ਹੈ, ਉਨਾ ਸੌਣਾ ਹੈ, ਉਹ ਜਿਹਾ ਪਹਿਨਣਾ, ਉਹ ਜਿਹਾ ਹੱਸਣਾ ਖੇਡਣਾ ਕਿ ਤੁਹਾਡੇ ਸਰੀਰ ਨੂੰ ਖੁਆਰੀ ਨਾ ਹੋਵੇ ਅਤੇ ਮਨ 'ਚ ਵਿਕਾਰ ਨਾ ਪੈਦਾ ਹੋਵੇ। ਬਿਲਕੁਲ। ਬਾਬਾ ਉਹ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜੀਏ ਮਨ ਮਹਿ ਚਲੇ ਵਿਕਾਰ। ਬਸ ਜਿਵੇਂ ਤੁਸੀਂ ਕਿਹਾ ਕਿ ਪੁਜਾਰੀਆਂ ਨੇ ਇੱਕ ਇਹ ਆਪਣਾ ਧੰਦਾ ਚਲਾਉਣ ਦੇ ਲਈ ਇਹ ਗੇਮ ਬਣਾਈ ਹੋਈ ਆ। ਜਿਵੇਂ ਹੁਣ ਉਹ ਇਹ ਵੀ ਕਹਿ ਦਿੰਦੇ ਆ ਕਿ ਭਾਈ ਸਵੇਰੇ ਨਾ 4 ਵਜੇ ਉੱਠ ਕੇ ਦੇਸੀ ਘਿਓ ਦੇ ਵਿੱਚ ਚੂਰੀ ਕੁੱਟ ਲੈਣੀ ਹੈ, ਠੀਕ ਹੈ। ਪਤਾ ਉਹਨਾਂ ਨੂੰ ਵੀ ਜੇ ਸਾਰਾ ਦਿਨ ਭੁੱਖੇ ਰਹੇ ਤਾਂ ਗਾਂਹ ਨੂੰ ਕਿਸੇ ਨੇ ਵਰਤ ਨਹੀਂ ਰੱਖਣਾ, ਕਿ ਬਿਮਾਰ ਬਹੁਤ ਹੋ ਜਾਣਗੇ ਵੀ ਸਵੇਰੇ 9 ਵਜੇ ਭਾਈ 4 ਵਜੇ ਉੱਠ ਕੇ ਦੇਸੀ ਘਿਓ ਦੀ ਚੂਰੀ ਜ਼ਰੂਰ ਖਾ ਲਿਓ, ਕਿਉਂਕਿ ਉਹ ਰੱਜ ਜਾਣਗੇ ਕਿ ਸਾਰਾ ਦਿਨ ਜੇ ਦੇਸੀ ਘਿਓ ਦੀ ਚੂਰੀ 4 ਵਜੇ ਖਾ ਲਈ ਤਾਂ ਉਹਨੂੰ ਸਾਰਾ ਦਿਨ ਭੁੱਖ ਲੱਗਦੀ ਹੋਈ ਨਹੀਂ ਹੈਗੀ, ਠੀਕ ਹੈ। ਇਹ ਬਹੁਤ ਸਾਰੇ ਧੰਦੇ ਵੀ ਇਹਦੇ ਨਾਲ ਜੁੜੇ ਹੋਏ ਨੇ। ਦੇਖੋ ਕਿੰਨੇ ਉਹਨਾਂ ਨੇ ਉਹ ਹਾਰ ਸ਼ਿੰਗਾਰ ਬੁੜੀਆਂ ਨੇ ਲੈ ਕੇ ਆਉਣੇ ਹੁੰਦੇ ਹੈਗੇ, ਫਲ ਫਰੂਟ ਲੈ ਕੇ ਆਉਣੇ ਹੁੰਦੇ ਹੈਗੇ, ਮਿਠਾਈਆਂ ਲੈ ਕੇ ਆਉਣੀਆਂ ਹੁੰਦੀਆਂ ਨੇ। ਸੋ ਬਹੁਤ ਸਾਰੇ ਕਾਰੋਬਾਰ ਵੀ ਜੁੜੇ ਹੋਏ, ਆਪਣੇ ਨਾਲ ਇੱਕ ਕਾਲਰ ਜੁੜੇ, ਉਹਨਾਂ ਦੀ ਗੱਲਬਾਤ ਵੀ ਅਸੀਂ ਸੁਣ ਲਈਏ ਜੀ। ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਅਵਤਾਰ ਸਿੰਘ ਕੈਲੀਫੋਰਨੀਆ ਬੋਲ ਰਿਹਾ ਜੀ। ਜੀ ਅਵਤਾਰ ਜੀ, ਵੈਲਕਮ। ਹਾਂਜੀ, ਬਹੁਤ ਵਧੀਆ ਜੀ, ਤੁਹਾਡਾ ਪ੍ਰੋਗਰਾਮ ਦੇਖ ਰਹੇ ਸੀਗੇ ਤੇ ਬਹੁਤ ਆਨੰਦ ਮਾਣ ਰਹੇ ਹਾਂ, ਤੇ ਮੈਂ ਤੁਹਾਡਾ ਵੀ ਤੇ ਪੀਟੀਐਮ ਦਾ ਵੀ ਥੈਂਕ ਯੂ ਕਰਨਾ ਚਾਹੁੰਦਾ ਵੀ ਤੁਸੀਂ ਐਡੇ ਐਡੇ ਆਪਣਾ ਸੂਝਵਾਨ ਇਨਸਾਨ ਲਿਆਉਂਦੇ ਆ ਤੇ ਵੀ ਸਾਨੂੰ ਬੜੀ ਜਾਣਕਾਰੀ ਮਿਲਦੀ ਆਪਾਂ ਜੀ। ਮੇਰਾ ਸਵਾਲ ਤਾਂ ਕੋਈ ਨੀ ਗਾ, ਬਸ ਮੈਂ ਤੁਹਾਡਾ ਥੈਂਕ ਯੂ ਕਰਨਾ ਸੀਗਾ ਵੀ ਮੈਂ ਸੁਣ ਰਹੇ ਸੀ ਇੱਥੇ ਬੈਠੇ, ਹੋਰ ਵੀ ਮੇਰੇ ਨਾਲ ਸੀ 4-5 ਜਣੇ ਗੱਡੀ ਵਿੱਚ, ਤੇ ਵੀ ਬੜੀਆਂ ਵੀ ਚੰਗੀਆਂ ਗੱਲਾਂ ਸਾਨੂੰ ਮਿਲ ਰਹੀਆਂ ਭਾਜੀ। ਤੇ ਮੈਂ ਪੀਟੀਐਮ ਦਾ ਵੀ 24 ਦਾ ਥੈਂਕ ਯੂ ਤੇ ਭਾਜੀ ਨਾਲ ਪ੍ਰੋਫੈਸਰ ਸਾਹਿਬ ਦਾ ਵੀ ਬਹੁਤ ਥੈਂਕ ਯੂ, ਤੇ ਇਸ ਤਰ੍ਹਾਂ ਦੇ ਵਿਚਾਰ ਹੀ ਦਿੰਦੇ ਰਿਹਾ ਕਰੋ ਭਾਜੀ, ਜਿਹੜਾ ਲੋਕ ਜਾਗਰੂਕ ਰਹਿਣ ਵੀ ਜਿਹੜੇ ਇਹਨਾਂ ਵਹਿਮਾਂ ਧਰਮਾਂ ਤੋਂ ਦੂਰ ਰਹਿਣ ਤੇ ਜਿਹੜੇ ਅਸਾਧਾਂ ਸੂਧਾਂ ਤੋਂ ਦੂਰ ਰਹਿਣ ਭਾਜੀ, ਤੁਸੀਂ ਇਸ ਤਰ੍ਹਾਂ ਹੀ ਜਾਗਰੂਕ ਕਰਦੇ ਰਿਹਾ ਕਰੋ ਭਾਜੀ। ਬਹੁਤ ਬਹੁਤ ਧੰਨਵਾਦ ਭਾਜੀ, ਤੁਹਾਡੀਆਂ ਬਹੁਤ ਚੰਗੇ ਵਿਚਾਰ ਭਾਜੀ ਜੀ, ਬਹੁਤ ਧੰਨਵਾਦ। ਥੈਂਕ ਯੂ।
ਸੋ ਆਪਣੇ ਕੋਲ ਸਮਾਂ ਵੀ ਹੁਣ 10 ਕੁ ਮਿੰਟ ਦੇ ਬਾਕੀ ਹੈਗੇ ਨੇ, ਆਪਾਂ ਗੱਲਬਾਤ ਕਰ ਲਈਏ ਅਕਾਲੀ ਦਲ ਦੀ। ਅਕਾਲੀ ਦਲ ਜਿਹੜੀ ਪਾਰਟੀ ਕਿਸੇ ਟਾਈਮ ਜਿਵੇਂ ਕਹਿੰਦੇ ਹੁੰਦੇ ਕਿ ਸ਼ਹੀਦਾਂ ਦੀ ਪਾਰਟੀ ਕਿਹਾ ਜਾਂਦਾ ਸੀ ਇਹਨੂੰ, ਕਿ ਬੜੀਆਂ ਘਾਲਣਾ ਘਾਲ ਕੇ ਜਿਹੜੀ ਬੜੀਆਂ ਮੁਸ਼ਕਤਾਂ ਘਾਲ ਕੇ ਅਕਾਲੀ ਦਲ ਹੋਣ ਦੇ ਵਿੱਚ ਆਇਆ ਸੀਗਾ, ਪਰ ਅੱਜ ਅਕਾਲੀ ਦਲ ਦਾ ਜਿਹੜਾ ਹਾਲ ਦੇ ਤੁਸੀਂ ਦੇਖਦੇ ਹੋ, ਖਾਸ ਕਰਕੇ ਜੇ ਗੱਲ ਕਰੀਏ ਮਾਝੇ ਦੇ ਜਰਨੇਲਾਂ ਦੀ, ਬ੍ਰਹਮਪੁਰਾ ਸਾਹਿਬ ਨੇ ਕਿੰਨੇ ਤਾਬੜਤੋੜ ਹਮਲੇ ਕੀਤੇ ਨੇ ਬਾਦਲ ਸਾਹਿਬ ਦੇ ਉੱਤੇ, ਸੁਖਬੀਰ ਬਾਦਲ ਦੇ ਉੱਪਰ, ਮਜੀਠੀਆ ਦੇ ਉੱਪਰ, ਕਿਹੋ ਜਿਹੀ ਸਥਿਤੀ ਤੁਹਾਨੂੰ ਜਾਪਦੀ ਹੈ ਅਕਾਲੀ ਦਲ ਦੀ? ਜਦੋਂ 1984 ਤੋਂ ਬਾਅਦ ਅਕਾਲੀ ਦਲ ਦੀ ਵਾਗਡੋਰ ਕਿਸੇ ਕੋਲ ਨਹੀਂ ਸੀ ਇਮੀਜੀਏਟ 1984 ਤੋਂ ਬਾਅਦ ਜੀ, ਤਾਂ ਅਚਾਨਕ ਹੀ ਸਾਨੂੰ, ਮੈਂ ਮੋਹਾਲੀ ਉਸ ਵੇਲੇ ਸੀਗਾ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਕਾਲਜ 'ਚ ਮੈਂ ਪ੍ਰੋਫੈਸਰ ਸੀ, ਮੈਂ 2006 'ਚ ਰਿਟਾਇਰ ਹੋਇਆ ਜੀ। ਇਹ 1984 ਤੋਂ ਬਾਅਦ ਦੀ ਗੱਲ ਕਰ ਰਿਹਾ ਇਮੀਜੀਏਟ ਜੀ। ਅਤੇ ਮੈਨੂੰ ਫੋਨ ਆਇਆ, ਦੋ ਚਾਰ ਕਰਮਜੀਤ ਪੱਤਰਕਾਰ ਹੁੰਦੇ ਸੀ ਪੰਜਾਬੀ ਟ੍ਰਿਬਿਊਨ ਦੇ, ਭੁਪਿੰਦਰ ਸਿੰਘ ਐਡਵੋਕੇਟ ਹੁੰਦੇ ਸੀ, ਹੁਣ ਉਹ ਲੰਡਨ 'ਚ ਬੈਠੇ ਆ, ਅਤੇ ਕਿ ਆਓ ਜੀ ਸਿੰਘ ਸਾਹਿਬ ਆਏ ਨੇ ਅਤੇ ਬੜਾ ਜ਼ਰੂਰੀ ਕੰਮ ਹੈ। ਮੈਨੂੰ ਸਰਦਾਰ ਅਜੈਬ ਸਿੰਘ ਮਚਾਕੀ, ਪੁਰਾਣੇ ਲੀਡਰ ਸੀ ਅਕਾਲੀਆਂ ਦੇ, ਉਹਨਾਂ ਦੇ ਘਰ ਬੁਲਾਇਆ 18A ਵਿੱਚ। ਚਲਾ ਗਿਆ ਮੈਂ, ਮਚਾਕੀ ਸਾਹਿਬ ਨੂੰ ਮੈਂ ਜਾਣਦਾ ਸੀ, ਸਤਿ ਸ਼੍ਰੀ ਅਕਾਲ ਹੋਈ। ਅੱਗੇ ਮੈਂ ਦੇਖਿਆ ਇੱਕ ਬੜੇ ਸ਼ਾਨਦਾਰ ਪਰਸਨੈਲਿਟੀ, ਉਹਨਾਂ ਦੀ ਖੁੱਲ੍ਹਾ ਦਾੜਾ ਚਿੱਟਾ, ਕਿਆ ਖੂਬਸੂਰਤ ਇਨਸਾਨ, ਅਤੇ ਇੰਦਰਜੀਤ ਸਿੰਘ ਫਰੀਦਕੋਟ ਤੋਂ ਜੀ, ਉਹ ਬੈਠੇ। ਥੋੜ੍ਹੀ ਦੇਰ ਬਾਅਦ ਕਹਿੰਦੇ ਸਰ ਰਣਜੀਤ ਸਿੰਘ ਬ੍ਰਹਮਪੁਰਾ ਆ ਗਏ ਨੇ, ਉਹ ਬੈਠੇ ਆ ਕੇ ਉਹਨਾਂ ਨੇ ਛੋਟੀ ਜਿਹੀ ਆਪਣੀ ਸਿਰ 'ਤੇ ਦਸਤਾਰ ਬੰਨ੍ਹੀ ਹੋਈ, ਜਿਹਨੂੰ ਪਟਕਾ ਕਹਿੰਦੇ ਆਪਾਂ ਜੀ, ਅਤੇ ਉਹ ਆ ਬੈਠੇ। ਮਚਾਕੀ ਸਾਹਿਬ ਸੀਗੇ ਅਤੇ ਕਰਮਜੀਤ, ਭੁਪਿੰਦਰ ਸਿੰਘ ਅਤੇ ਮੈਂ, ਗੱਲ ਸ਼ੁਰੂ ਹੋਈ। ਥੋੜ੍ਹੀ ਜਿਹੀ ਉਹਨਾਂ ਦਿਨਾਂ ਵਿੱਚ ਅਸੀਂ ਮਤਲਬ ਕਿ ਐਕਟਿਵ ਸੀਗੇ ਸਨ 74-75 ਤੋਂ ਹੀ, ਅਤੇ ਇਸ ਕਰਕੇ ਸ਼ਾਇਦ ਉਹਨਾਂ ਨੇ ਬੁਲਾਇਆ ਸਾਨੂੰ ਜੀ। ਅਤੇ ਉਹ ਕਹਿੰਦੇ ਵੀ ਬਾਦਲ ਸਾਹਿਬ ਨੇ ਬਾਬਾ ਜੋਗਿੰਦਰ ਸਿੰਘ, ਜਿਹੜੇ ਭਾਈ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਿਤਾ ਸੀਗੇ, ਵੀ ਉਹਨਾਂ ਨੂੰ ਲਿਖ ਕੇ ਦੇ ਦਿੱਤਾ ਹੈ ਕਿ ਅਸੀਂ ਤੁਹਾਡੀ ਲੀਡਰਸ਼ਿਪ ਥੱਲੇ ਜੋ ਤੁਸੀਂ ਹੁਕਮ ਦਿਓਗੇ ਕਰਨ ਨੂੰ ਤਿਆਰ ਹਾਂ। ਵੀ ਬਾਦਲ ਸਾਹਿਬ ਨੇ ਲਿਖ ਕੇ ਦਿੱਤਾ, ਮੈਂ ਸਮਝ ਆ ਗਿਆ ਕਿ ਇਹ ਪ੍ਰੋੜਤਾ ਚਾਹੁੰਦੇ ਆ ਹੁਣ, ਕਿਉਂਕਿ ਮੇਰੇ ਸਾਹਮਣੇ ਨਿਸ਼ਾਨਾ ਇਮੀਜੀਏਟ ਨਹੀਂ ਹੁੰਦਾ, ਕਾਫੀ ਲੰਬੇ ਪਸਾਰ 'ਚ ਹੁੰਦਾ। ਮੈਂ ਕਿਹਾ ਉਹ ਕੀ ਕੀਮਤ ਮੰਗਦੇ ਆ ਆਪਣੇ ਇਸ ਆਫਰ ਦੀ ਜੀ, ਕਿ ਉਹ ਬਾਬਾ ਜੋਗਿੰਦਰ ਸਿੰਘ ਦੇ ਅਗਵਾਈ ਥੱਲੇ ਚੱਲਣ ਨੂੰ ਤਿਆਰ ਹੈ, ਉਹਦੀ ਕੀ ਕੀਮਤ ਮੰਗਦੇ ਆ? ਕੀਮਤ ਕੀ ਮੰਗਦੇ? ਕਿਉਂਕਿ ਹਰ ਸਿਆਸੀ ਬੰਦੇ ਦੀ ਕੀਮਤ ਹੁੰਦੀ ਆ, ਬਿਲਕੁਲ, ਕਿਉਂਕਿ ਸਿਆਸਤ ਉਹਦਾ ਰੁਜ਼ਗਾਰ ਹੈ, ਪੇਸ਼ਾ ਉਹਦਾ, ਸੇਵਾ ਸੂਵਾ ਛੱਡੋ, ਜਿੰਨੀਆਂ ਵੀ ਰੈਪ੍ਰਜੈਂਟੇਟਿਵ ਪ੍ਰਤੀਨਿਧੀ ਸੰਸਥਾਵਾਂ ਹੈ, ਸੇਵਾ ਨਹੀਂ ਹੁੰਦੀ, ਉਹ ਪੇਸ਼ਾ ਹੁੰਦਾ। ਬਿਲਕੁਲ, ਸਾਡੇ ਲੋਕ ਨਹੀਂ ਸਮਝਦੇ, ਉਹ ਇੱਥੇ ਪੰਥਕ ਸੇਵਾ ਕਹੀ ਜਾਂਦਾ, ਨੋ, ਇਹ ਇੰਸਟੀਟਿਊਸ਼ਨ ਪੰਥਕ ਨਹੀਂ ਹੈਗੇ, ਇਹ ਕਾਨੂੰਨ ਦੇ ਆ, ਜਿਹੜੀ ਚੀਜ਼ ਜੈਸੀ ਆ ਉਹਨੂੰ ਐਸੀ ਸਮਝੋ, ਫਿਰ ਗੱਲ ਬਣੇਗੀ, ਰਾਈਟ। ਤਾਂ ਮੈਂ ਕਿਹਾ ਇਹ ਸਿਆਸੀ ਕੀਮਤ ਕੀ ਮੰਗਦੇ ਆ? ਇਹ ਜਥੇਦਾਰ ਬ੍ਰਹਮਪੁਰਾ ਮੇਰਾ ਦੇਖੇ, ਇਹ ਤੁਸੀਂ ਕੀ ਗੱਲ ਕਰ ਦਿੱਤੀ? ਮੈਂ ਕਿਹਾ ਬਿਲਕੁਲ, ਉਹਨਾਂ ਦਾ ਪੇਸ਼ਾ ਹੈ, ਅਤੇ ਉਹ ਕਿਵੇਂ ਬਿਨਾਂ ਕੀਮਤ ਤੋਂ ਗੱਲ ਕਰਨਗੇ? ਉੱਥੇ ਗੱਲ ਖਤਮ ਹੋ ਗਈ। ਸਾਹਜੈਬ ਸਿੰਘ ਮਚਾਕੀ ਮੇਰੇ ਵੱਲ ਖਚਰੀ ਜੀ ਲਿਆ ਨਾ ਦੇਖ ਕੇ ਮੁਸਕਰਾਈ ਗਏ, ਬਾਅਦ ਵਿੱਚ ਉਹਨਾਂ ਨੇ ਮੈਨੂੰ ਥਾਪੀ ਦਿੱਤੀ, ਕਹਿੰਦੇ ਗੱਲ ਤਾਂ ਆਈ ਹੈ ਸਰ। ਬਿਲਕੁਲ ਬਿਲਕੁਲ, ਹਾਂਜੀ। ਸੋ ਇਹ ਜਿਹੜੇ ਮਾਝੇ ਦੇ ਜਰਨੈਲ ਹੈ, ਕੋਈ ਜਰਨੈਲ ਨਹੀਂ ਹੈ, ਨਾ ਬਾਦਲ ਜਰਨੈਲ ਰਿਹਾ, ਨਾ ਤੌੜਾ ਜਰਨੈਲ ਰਿਹਾ, ਇਹ ਸਾਰੇ ਪ੍ਰਤੀਨਿਧੀ ਸੰਸਥਾਵਾਂ ਵਿੱਚ ਪੰਥਕ ਮੁਖੌਟਾ ਦਿਖਾ ਕੇ ਲੋਕਾਂ ਨੂੰ ਵੋਟਾਂ ਲੈ ਕੇ ਉੱਥੇ ਜਾ ਕੇ ਪ੍ਰਤੀਨਿਧੀ ਸੰਸਥਾਵਾਂ ਵਿੱਚ ਕਿਆ ਰੋਲ ਅਦਾ ਕਰਨਾ ਪਤਾ ਹੀ ਨਹੀਂ, ਅਸੀਂ ਰੁਲਦੇ ਰਹੇ ਹਰ ਜਗ੍ਹਾ। ਤਾਂ ਇਸ ਕਰਕੇ ਅਕਾਲੀ ਦਲ ਦਾ ਜੋ ਮੈਂ ਦੱਸਿਆ ਹੈ, ਅਕਾਲੀ ਦਲ ਦਾ ਫਿਊਚਰ ਚੰਗਾ ਨਹੀਂ ਹੈ। ਅਕਾਲੀ ਦਲ ਨੂੰ ਪਤਾ ਹੀ ਨਹੀਂ ਹੈ ਕਿ ਉਹ ਕੀ ਹੈ ਜੀ, ਉਹ ਆਪਣਾ ਪੁਰਾਣੇ ਢੰਗ ਦਾ ਕਿ ਜਾਂਦੇ ਆ ਫਤਿਹਗੜ੍ਹ ਸਾਹਿਬ, ਜਾਂਦੇ ਆ ਆਨੰਦਪੁਰ ਸਾਹਿਬ, ਜਾਂਦੇ ਆ ਮਾਛੀਵਾੜੇ, ਸ਼ਹੀਦੀ ਜੋੜ ਮੇਲੇ ਹੁੰਦੇ ਆ ਉੱਥੇ, ਅਸੀਂ ਜਾਂਦੇ ਹਾਂ ਅਤੇ ਉੱਥੇ ਕੀ ਗਾਹ ਪਾਉਂਦੇ ਆ, ਇਹ ਸੋਚਦੇ ਆ ਗਾਹ ਪਾਉਣੀ ਦਲ ਹੈ ਬਸ ਜੀ, ਹਰ ਜਗ੍ਹਾ ਗਾਹ ਪਾਉਂਦੇ ਆ, ਉਸ ਗਾਹ ਦੇ ਵਿੱਚ ਸਾਡੇ ਸਾਰੇ ਮਸਲੇ ਰੁਲ ਜਾਂਦੇ ਆ, ਸਾਡੇ ਬੱਚੇ ਜਿਨ੍ਹਾਂ ਨੂੰ ਪ੍ਰੋਪਰ ਐਜੂਕੇਸ਼ਨ ਨਹੀਂ ਮਿਲੀ,
ਸਨ 82 ਵਿੱਚ ਅਸੀਂ ਪੂਰੀ ਤਰ੍ਹਾਂ ਛੋਟੇ ਛੋਟੇ ਸ਼ਹਿਰਾਂ ਵਿੱਚ ਟੀਚਰਸ ਦੇ ਸੈਮੀਨਾਰ ਕਰ ਕਰਕੇ ਜਿੱਥੇ 50-50, 60-80 ਟੀਚਰ ਆਉਂਦੇ ਸੀਗੇ ਛੋਟੇ ਛੋਟੇ ਕਸਬਿਆਂ 'ਚ ਜੀ, ਅਸੀਂ ਇੱਕ ਸ਼੍ਰੋਮਣੀ ਅਧਿਆਪਕ ਸਭਾ ਦਾ ਇੱਕ ਬਹੁਤ ਵੱਡਾ ਪਲੇਟਫਾਰਮ ਤਿਆਰ ਕਰ ਲਿਆ ਕਿ ਅਸੀਂ ਜਿਤਨੇ ਵੀ ਵਿਸ਼ੇ ਸਕੂਲਾਂ 'ਚ ਪੜ੍ਹਾਏ ਜਾਂਦੇ ਆ ਉਹ ਵਿਸ਼ਿਆਂ ਵਿੱਚ 20% ਅਸੀਂ ਜਿਹੜਾ ਟੈਕਸਟ ਹੈ ਉਹ ਗੁਰਮਤ ਫਿਲਾਸਫੀ ਦੇ ਆਧਾਰ 'ਤੇ ਬਣਾ ਕੇ ਦੇਵਾਂਗੇ, ਉਹ ਲਾਗੂ ਹੋਵੇ। ਅਸੀਂ ਬਕਾਇਦਾ ਕਾਨਫਰੰਸ ਕੀਤੀ, ਉਹਦੇ 'ਚ ਸਾਡਾ 350 ਡੈਲੀਗੇਟ ਚੁਣ ਕੇ ਆਇਆ ਬਕਾਇਦਾ ਸਾਰੇ ਪੰਜਾਬ ਭਰ ਦੇ ਟੀਚਰਸ ਦਾ। ਉੱਥੇ ਟੌੜਾ ਸਾਹਿਬ ਆਏ, ਭੁਪਿੰਦਰ ਸਿੰਘ ਮਾਨ ਜਿਨ੍ਹਾਂ ਨੇ ਦਸਤਖਤ ਨਹੀਂ ਸੀ ਕਿਤੇ ਕੌਂਸਟੀਟਿਊਸ਼ਨ 'ਤੇ ਉਹ, ਅਤੇ ਇੱਕ ਪੁਰਾਣੇ ਲੀਡਰ ਹੁੰਦੇ ਸੀ ਅਕਾਲੀ ਦਲ ਦੇ ਹੁਸ਼ਿਆਰਪੁਰ ਤੋਂ, ਮੈਨੂੰ ਨਾਂ ਭੁੱਲ ਰਿਹਾ, ਉਹ ਟੌੜਾ ਸਾਹਿਬ ਪ੍ਰੈਜ਼ਾਈਡ ਕਰ ਰਹੇ ਸੀ। ਅਸੀਂ ਬਕਾਇਦਾ ਪੂਰਾ ਸਾਹਮਣੇ ਚਿੱਠਾ ਲਿਖਿਆ ਵੀ ਆਹ ਸਾਡਾ ਹਿਸਟਰੀ ਆ, ਸੋਸ਼ਿਆਲੋਜੀ ਦੇ ਚੈਪਟਰ ਆ, ਆਹ ਸਿਵਿਕਸ ਦੇ ਆ, ਆਹ ਫਲਾਣੇ ਫਲਾਣੇ, ਇਹਦੇ ਵਿੱਚ ਸਾਡੇ ਗੁਰਮਤ ਦੇ ਬਾਰੇ ਜਾਂ ਤਾਂ ਗਲਤ ਗੱਲਾਂ ਜਾਂ ਫਿਰ ਗੁਰਮਤ ਦੀ ਅਸਲੀ ਗੱਲ ਦਿਖਾਈ ਨਹੀਂ ਗਈ ਵੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਚੈਪਟਰ ਹੋਣ। ਉਹਨਾਂ ਨੇ ਕਿਹਾ ਪੋਸੀਬਲ ਕਿਵੇਂ ਆ? ਮੈਂ ਕਿਹਾ ਜਿੰਨੇ ਸਾਡੇ ਸਕੂਲ ਆ ਜੀ ਮਿਨੋਰਟੀਜ਼ ਦੇ ਤੌਰ 'ਤੇ ਸਾਡਾ ਰਾਈਟ ਹੈ ਕਿ ਅਸੀਂ ਟੈਕਸਟ ਵਿੱਚ ਆਪਣੀ ਗੱਲ ਪਾ ਸਕੀਏ। ਜਦ ਅਕਾਲੀ ਦਲ ਮੈਜੋਰਟੀ 'ਚ ਹੈ ਉਹ ਵਿਧਾਨ ਸਭਾ 'ਚ ਬਹੁਤੀ ਗੱਲ ਆ, ਵਿਧਾਨ ਸਭਾ 'ਚ ਆਪਣਾ ਪਾਸ ਕਰੋ ਮਤਾ, ਅਤੇ ਇਹਦਾ ਮਤਲਬ ਹੈ ਸਕੂਲ ਬੋਰਡ ਵਾਂਗੂ ਸਾਨੂੰ ਲਹਿਦਾ ਬਣਾਉਣਾ ਪਊ। ਮੈਂ ਕਿਹਾ ਉਹ ਤਾਂ ਹੁਣੇ ਬਣਾਉਣਾ ਚਾਹੀਦਾ, ਖਾਲਸਾ ਸਕੂਲਾਂ ਕਾਲਜਾਂ ਲਈ ਇੱਕ ਐਜੂਕੇਸ਼ਨ ਬੋਰਡ ਚਾਹੀਦਾ, ਉਹਦੇ ਲਈ ਟੈਕਸਟ ਬਣਾਵੇ ਬਕਾਇਦਾ। ਇਹ ਨਹੀਂ ਕਿ ਤੁਸੀਂ ਉੱਥੇ ਬੋਰਡ ਬਣਾ ਕੇ ਅਤੇ ਉੱਥੇ ਆਪਣੀ ਸਰਕਾਰੀ ਦਫ਼ਤਰ ਹਕੂਮਤ ਸ਼ੁਰੂ ਕਰੋ, ਨਾ ਬਕਾਇਦਾ ਉਹਦੇ ਵਿੱਚ ਸਬਜੈਕਟ ਸਪੈਸ਼ਲਿਸਟ ਹੋਣ ਜਿਨ੍ਹਾਂ ਨੂੰ ਕਿ ਗੁਰਮਤ ਦੇ ਬੁਨਿਆਦੀ ਨੁਕਤੇ ਪਤਾ ਹੋਣ। ਉਹ ਕਹਿੰਦੇ ਕਿਵੇਂ ਹੋਣਗੇ? ਮੈਂ ਕਿਹਾ ਅਸੀਂ ਸਕੂਲਿੰਗ ਕਰਾਂਗੇ ਜੀ, ਤੁਸੀਂ ਸਾਡੀਆਂ ਗੱਲਾਂ ਸੁਣੋ, ਅਸੀਂ ਕੀ ਕਹਿੰਦੇ ਹਾਂ ਗੁਰਮਤ ਬਾਰੇ, ਜਦੋਂ ਠੀਕ ਲੱਗਦੇ ਹਾਂ ਅਸੀਂ ਉਸਦੇ ਬੇਸ 'ਤੇ ਉਹਨਾਂ ਦੀ ਸਕੂਲਿੰਗ ਕਰਾਂਗੇ। ਉਹਨਾਂ ਨੂੰ ਬੀ ਐੱਡ ਤੋਂ ਬਾਅਦ 1 ਸਾਲ ਦੀ ਆਪਣੀ ਟ੍ਰੇਨਿੰਗ ਦੇਵਾਂਗੇ ਤੁਹਾਡੇ ਐੱਸ ਜੀ ਪੀ ਸੀ ਦੇ ਖਰਚੇ 'ਤੇ, ਉਹਨਾਂ ਨੂੰ ਟ੍ਰੇਨਡ ਕਰਕੇ ਉਹਨਾਂ ਦੇ ਇਮਤਿਹਾਨ ਲੈ ਕੇ ਉਹਨਾਂ ਨੂੰ ਭੇਜਾਂਗੇ, ਟੈਕਸ ਤਿਆਰ ਕਰਕੇ ਜਿਹੜਾ ਦੇਵਾਂਗੇ ਉਹ ਪੜ੍ਹਾਉਣਗੇ ਉਹ ਜੀ, ਜਿਹਦੇ 'ਚ ਇੰਡੀਆ ਦਾ ਜਿਹੜਾ ਰੈਕਗਨਾਈਜ਼ ਟੈਸਟ ਆ ਉਹ ਵੀ ਹੋਊਗਾ, ਉਹਦੇ ਸਾਡਾ ਵੀ 20% ਹਿੱਸਾ ਹੋਊਗਾ, ਯਾਨੀ ਬਾਕੀ ਬੱਚਿਆਂ ਨਾਲੋਂ 20% ਟੈਕਸ ਜ਼ਿਆਦਾ ਹੋਊਗਾ। ਠੀਕ ਹੈ, ਬੱਚਿਆਂ ਨੂੰ ਉਹ ਕੰਪੈਰੀਜ਼ਨ 'ਚ ਆਪੇ ਹੀ ਪਤਾ ਲੱਗੇਗਾ ਕਿ ਗੁਰਮਤ ਇਕਨੋਮਿਕਸ ਕੀ ਕਹਿੰਦੀ ਆ, ਸਿਆਸਤ 'ਚ ਕੀ ਕਹਿੰਦੀ ਆ, ਐਡਮਿਨਿਸਟ੍ਰੇਸ਼ਨ 'ਚ ਕੀ ਕਹਿੰਦੀ ਆ, ਠੀਕ ਹੈ ਜੀ, ਫੰਡਾਮੈਂਟਲ ਰਾਈਟਸ ਟੂ ਪ੍ਰੋਪਰਟੀ 'ਚ ਕੀ ਕਹਿੰਦੀ ਆ, ਸਾਰਾ ਕੁਛ ਉਹਦੇ 'ਚ ਆਏਗਾ, ਤਾਂ ਪਤਾ ਲੱਗੂਗਾ ਕਿ ਗੁਰਮਤ ਕੀ ਆ। ਅਤੇ ਤਾਂ ਹੁਣ ਜਦੋਂ ਸਾਡੇ ਵਿੱਚ ਐਜੂਕੇਸ਼ਨ ਮੀਡੀਆ ਦੀ ਗੱਲ ਜਿਹੜੀ ਸ਼ੁਰੂ ਕੀਤੀ ਉਹ ਸਾਡੀ ਸਿਰੇ ਨਹੀਂ ਚੜ੍ਹੀ, 1984 ਆ ਗਿਆ ਅਤੇ ਉਹਦੇ ਵਿੱਚ ਸਾਡਾ ਸਭ ਕੁਝ ਤਬਾਹ ਹੋ ਗਿਆ, ਵਿੱਚ ਹੀ ਸਾਡੀ ਜਿਹੜੀ ਇਹ ਐਜੂਕੇਸ਼ਨ ਦੀ ਸੀਗੀ ਬੇਸਿਕਲੀ। ਅਸੀਂ ਕਹਿੰਦੇ ਸੀਗੇ ਕਿ ਆਨੰਦਪੁਰ ਮਤੇ ਦਾ ਕੁਛ ਹੋਵੇ ਨਾ ਹੋਵੇ, ਅਸੀਂ ਐਜੂਕੇਸ਼ਨ ਦੀ ਇਟੋਨੋਮੀ ਜ਼ਰੂਰ ਮਿਲੇ ਜੀ, ਕੁਛ ਨਾ ਸਾਨੂੰ ਮਿਲਦਾ ਹੋਵੇ ਆਨੰਦਪੁਰ ਮਤੇ 'ਚ, ਮੈਂ ਕਹਿ ਦਿਉ ਵੀ ਸਾਡੀ ਐਜੂਕੇਸ਼ਨ ਸਾਡੇ ਕੋਲ ਚਾਹੀਦੀ ਆ, ਅਸੀਂ ਤੁਹਾਡੇ ਵਾਲੀ ਪੂਰੀ ਦੇਵਾਂਗੇ, ਪ੍ਰੋਮਿਸ ਕਰਦੇ ਹਾਂ, ਪਰ ਅਸੀਂ ਆਪਣੇ ਵਾਲੀ ਵਿੱਚ ਨਾਲ ਪਾਵਾਂਗੇ। ਬਿਲਕੁਲ, ਵੀ ਤੁਹਾਨੂੰ ਕਿਤੇ ਪ੍ਰੋਬਲਮ ਹੈ, ਅਸੀਂ ਇੱਥੋਂ ਤੱਕ ਗਏ ਹਾਂ, ਪਰ ਨਹੀਂ। ਸੋ ਜੋ ਤੁਸੀਂ ਇਹ ਗੱਲ ਕਰਦੇ ਹੋ ਅਕਾਲੀ ਦਲ ਦਾ ਫਿਊਚਰ ਕੀ ਹੈ, ਤਾਂ ਮੈਨੂੰ ਨਹੀਂ ਲੱਗਦਾ ਕੋਈ ਫਿਊਚਰ ਹੈ, ਕਿਉਂਕਿ ਸਾਡੀ ਸਾਰੀ ਐਜੂਕੇਸ਼ਨ ਆ, ਵੀ ਆਰ ਕਲੋਨਸ, ਅਸੀਂ ਕਲੋਨਿੰਗ ਵਾਲਾ ਪ੍ਰੋਡਕਟ ਹਾਂ। ਮੇਰੀ ਥੋੜ੍ਹੀ ਜਿਹੀ ਕਿਸਮਤ ਅੱਛੀ ਹੈ, ਮੈਂ ਉਹ ਪ੍ਰੋਡਕਟ ਹਾਂ ਜਿਹੜਾ ਕਲੋਨਿੰਗ ਨੂੰ ਪਛਾਣ ਚੁੱਕਿਆ, ਅਤੇ ਇਸ ਕਲੋਨਿੰਗ ਨੂੰ ਪਛਾਣ ਕੇ ਨਵੇਂ ਰੂਪ ਗੁਰਮਤ ਵਿੱਚੋਂ ਸਮਝ ਕੇ ਘੜਨ ਦੇ ਪਿਛਲੇ 60 ਸਾਲ ਲੱਗਿਆ ਮੇਰੇ। ਕੋਈ ਕਿਤਾਬ ਸਾਡੇ ਸਾਰੀ ਲਾਇਬ੍ਰੇਰੀ 'ਚ ਐਸੀ ਨਹੀਂ ਹੈ ਜਿਹੜੀ ਕਿ ਗੁਰਮਤ ਦੇ ਓਰੀਜਨਲ 7 ਦੇ ਗੁਰ ਦੇ ਆਧਾਰ ਦੇ ਪ੍ਰਿੰਸੀਪਲ 'ਤੇ ਚੀਜ਼ ਜਿਹੜੀ ਹੈ ਤਰਜਮਾਨੀ ਖੜੀ ਹੋਵੇ। ਸਾਰੀ ਜਾਂ ਤਾਂ ਸਨਾਤਨ ਪੰਥ ਵਾਲੀ ਆ, ਇਸਲਾਮ ਦੀ ਨਕਲ ਹੈ ਜਾਂ ਬਾਈਬਲ ਦੀ ਨਕਲ ਹੈ ਜੀ। ਅਤੇ ਜਿਨ੍ਹਾਂ ਨੂੰ ਜਿਸ ਹਕੂਮਤ ਦੇ ਥੱਲੇ ਲਾਭ ਮਿਲਿਆ ਉਸਨੇ ਉਸ ਹਕੂਮਤ ਦੇ ਨਜ਼ਰੀਏ ਤੋਂ ਲਿਖਣਾ ਸ਼ੁਰੂ ਕੀਤਾ। 150-200 ਸਾਲ ਦੀਆਂ ਤੁਸੀਂ ਕਿਤਾਬਾਂ ਪੜ੍ਹ ਲਓ, ਤੁਹਾਡੇ ਹੱਥ ਕੱਖ ਨਹੀਂ ਲੱਗਣਾ ਜੀ। ਸਾਰੇ ਗੁਰ ਨੂੰ ਗੁਰੂ ਬਣਾਉਂਦੇ ਆ, ਏਕੋ ਨੂੰ ਗੋਡ ਬਣਾਉਂਦੇ ਆ, ਐਜ਼ ਇਫ ਹਿਊਮਨ ਇਜ਼ ਦੀ ਕ੍ਰੀਏਟਰ ਆਫ ਗੋਡ। ਉਹ ਕਹਿੰਦੇ ਆ ਗੋਡ ਇਜ਼ ਕ੍ਰੀਏਟਿਡ ਨਾ, ਹਿਊਮਨ ਇਜ਼ ਕ੍ਰੀਏਟਿਡ ਇਨ ਦੀ ਇਮੇਜ ਆਫ ਮੈਨ। ਹਾਊ ਡੂ ਯੂ ਨੋ? ਦੈਟ ਮੀਨ ਯੂ ਆਰ ਸੋ ਪ੍ਰਾਊਡ ਆਫ ਯੂਰ ਸੈਲਫ ਦੈਟ ਗੋਡ ਕ੍ਰੀਏਟਿਡ ਹਿਊਮਨ ਇਜ ਇਨ ਹਿਜ ਓਨ ਇਮੇਜ, ਦੈਨ ਹੂ ਇਜ਼ ਵੂਮਨ ਹੂ ਕ੍ਰੀਏਟਿਡ ਹਰ ਇਨ ਹਿਜ ਓਨ ਇਮੇਜ? ਵਟ ਡੂ ਮੀਨ ਬਾਈ ਦੈਟ? ਦਿਸ ਇਜ਼ ਲੋਟ ਆਫ ਕੰਟਰਾਡਿਕਸ਼ਨ, ਦਿਸ ਇਜ਼ ਹਿਊਮਨ ਐਰੋਗੈਂਸ ਦੈਟ ਹਿਊਮਨ ਇਜ਼ ਕ੍ਰੀਏਟਿਡ ਇਨ ਦੀ ਇਮੇਜ ਆਫ ਗੋਡ। ਨਾਓ
दिस इज एरोगेंस, इट इज एक्चुअली कॉस्मिक ऑर्डर ऑर्गेनिज्म। सारा विश्वव्यापी हुक्म दा ऑर्गेनिज्म जुगत है जिहड़ी चल रही है। आए गुरबाणी दे शुरुआत च इन्हां ने मजाक समझिया होया, नकलां मारी जांदे आ। मन्नू इतनी उम्र हंडा के इस वेले पिछले 10-15 साल तो इस पॉइंट ते आके लोगों सामने आना पिया सिखां दा। मैं हर जगह गल करदा, उस तो पहला मेरे लिए बड़ा औखा सीगा, उम्र का तकाजा भी सी, दूजी गल है अथॉरिटी नाल गल कहण लई मन्नू एक बजुर्ग अवस्था तक पहुँचना भी जरूरी सी। बिल्कुल बिल्कुल। सो प्रोफेसर साहब, साडा समा लगभग समाप्ति दे वल है, तो बहुत धन्यवाद तुहाडा। सो दर्शकां नूं असीं दस दईए कि प्रोफेसर साहब दविंदर सिंह जी जिवें इन्हां ने दस्सिया कि काफ़ी समा इन्हां नूं लग्गिया उस चीज़ नूं समझण दे, ते हुणे प्रचार भी उस चीज़ का कर रहे हैं। तो सानू बड़ी खुशी है कि साड़ी PTN24 की टीम दे नाल एक वो शख्सियत जुड़ी है जिन्हां नूं बहुत ज्ञान ज्ञान का भंडारा असीं कह सकते हैं। सो हर हफ्ते साड़ी कोशिश होंदी है कि असीं प्रोफेसर दविंदर सिंह नूं स्टूडियो दे विच बुला के तुहाडे नाल मुखातब करिए। सो प्रोफेसर साहब एक बार फिर तुहाडा धन्नवाद, ते अगले हफ्ते फिर कोशिश करांगे आपां कुछ होर नवीं गल्लां बातां करांगे। सो अज दा जिहड़ा प्रोग्राम है इत्थे समाप्त करदे हां। तुहाडी कचहरी प्रोग्राम मिंटू गुरु सरिया थोड़े समय दे विच लैके आउणगे, 9 तो लैके 10 बजे तक सुखिंदर सिंह चंदी और बख्तौर ढिल्लों जी तुहाडे नाल नवीं कुछ सुरखियां नवीं कुछ खबरां ते गल्लबात करनगे। तद तक लई दिओ इजाजत, धन्नवाद।